ਸੋ ਅੱਜ ਦੀ ਇਸ ਚਰਚਾ ਦੇ ਵਿੱਚ ਡਾਕਟਰ ਬਲਵਿੰਦਰ ਪਾਲ ਸਿੰਘ ਜੀ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ ਅਤੇ ਡਾਕਟਰ ਮੁਕਤਿੰਦਰ ਸਿੰਘ ਜੀ ਮਿਸ਼ਨ ਪੈਗਾਮੇ ਸ਼ਬਦ ਅਤੇ ਉੱਘੇ ਹੋਮਿਓਪੈਥ ਹਨ ਡਾਕਟਰ ਸਾਹਿਬ ਇਸ ਸਮਾਗਮ ਦੀ ਆਰੰਭਤਾ ਵਿੱਚ ਇਹ ਦੋਨੋਂ ਸੱਜਣ ਔਰ ਸਾਰੀ ਇਸ ਸਮਾਗਮ ਦੀ ਤਿਆਰੀ ਔਰ ਇਹਦੀ ਰੂਪਰੇਖਾ ਵੀਰ ਪਰਮਜੀਤ ਸਿੰਘ ਜੀ ਔਰ ਇਹ ਸਾਰੇ ਸੱਜਣ ਕਰਦੇ ਨੇ ਮੈਨੂੰ ਤਾਂ ਐਵੇਂ ਮੁਗਧ ਨੂੰ ਅੱਗੇ ਲਗਾ ਦਿੰਦੇ ਨੇ ਪਰ ਇਹਨਾਂ ਦੀ ਅਸਲ ਸੇਵਾ ਹੈ ਆਓ ਅੱਜ ਇਸ ਸਮਾਗਮ ਦੇ ਅਖੀਰਲੇ ਦਿਨ ਅਸੀਂ ਇਹਨਾਂ ਤੋਂ ਸਵਾਲਾਂ ਦੇ ਜਵਾਬ ਲੱਭੀਏ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਕੋਲ ਸਵਾਲ ਆਇਆ ਕਿ ਜੋ ਬੱਚੇ ਪੇਰੈਂਟਸ ਨਾਲ ਡਿਸਕਸ ਨਹੀਂ ਕਰਦੇ ਉਹਦੇ ਲਈ ਪੇਰੈਂਟਸ ਕੀ ਕਰਨ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸਿੰਪਲ ਪ੍ਰਸ਼ਨ ਹੈਗਾ ਲੇਕਿਨ ਬੜਾ ਗੁੰਝਲਦਾਰ ਹੈ ਕਿ ਬੱਚੇ ਜਿਹੜੇ ਨੇ ਉਹ ਡਿਸਕਸ ਨਹੀਂ ਕਰਦੇ ਪੇਰੈਂਟਸ ਨਾਲ ਅਤੇ ਕੁਛ ਡਿਸੀਜ਼ਨ ਜਿਹੜੇ ਨੇ ਉਹ ਆਪਣੇ ਆਪ ਲੈ ਲੈਂਦੇ ਨੇ ਜਿਸ ਤਰ੍ਹਾਂ ਦੱਸੇ ਬਿਨਾਂ ਅੰਮ੍ਰਿਤਸਰ ਚਲੇ ਗਏ ਦਰਬਾਰ ਸਾਹਿਬ ਦਰਸ਼ਨ ਕਰਨ ਘਰ ਦੇ ਪਿੱਛੋਂ ਉਡੀਕਦੇ ਪਏ ਨੇ ਔਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉੱਥੇ ਚਲੇ ਗਏ ਨੇ ਇਸ ਤਰ੍ਹਾਂ ਕੋਈ ਫਿਲਮ ਦੇਖਣ ਚਲਾ ਗਿਆ ਕੋਈ ਕਿੱਥੇ ਚਲਾ ਗਿਆ ਇਹ ਉਹਨਾਂ ਨਾਲ ਬੱਚਿਆਂ ਨਾਲ ਸੰਵਾਦ ਰਚਾ ਕੇ ਔਰ ਜਿਹੜਾ ਪੇਰੈਂਟਸ ਦਾ ਬੱਚਿਆਂ ਨਾਲ ਮੋਹ ਹੈ ਅਤੇ ਬੱਚਿਆਂ ਦਾ ਪੇਰੈਂਟਸ ਨਾਲ ਮੋਹ ਹੈ ਉਸ ਨੂੰ ਜਗਾਉਣ ਦੀ ਲੋੜ ਹੈ ਕਿ ਅੱਜ ਦਾ ਯੁੱਗ ਜਿਹੜਾ ਉਹ ਕਿੰਨਾ ਜ਼ਿਆਦਾ ਖਤਰਨਾਕ ਹੈ ਔਰ ਇਸ ਯੁੱਗ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸੂਚਨਾ ਹੋਣੀ ਕਮਿਊਨੀਕੇਸ਼ਨ ਹੋਣਾ ਜਿਹੜਾ ਉਹ ਬੜਾ ਲਾਜ਼ਮੀ ਹੈ ਔਰ ਲਗਾਤਾਰ ਬੱਚਿਆਂ ਨੂੰ ਜਦੋਂ ਇਹ ਪੇਰੈਂਟਸ ਕਹਿਣਗੇ ਵੀ ਤੁਸੀਂ ਦੱਸੇ ਬਿਨਾਂ ਕਿਤੇ ਜਾਣਾ ਨਹੀਂ ਸਾਨੂੰ ਹਰ ਗੱਲ ਜਿਹੜੀ ਹੈ ਸੂਚਿਤ ਕਰਨੀ ਹੈ ਔਰ ਆਗਿਆ ਲੈ ਕੇ ਸਲਾਹ ਕਰਕੇ ਪਲੈਨਿੰਗ ਹੋ ਸਕਦਾ ਸੀ ਇਸ ਤੋਂ ਬੈਟਰ ਕੋਈ ਯਾਤਰਾ ਦਾ ਹੋਰ ਬਣਾ ਲੈਂਦੇ ਅਤੇ ਤੂੰ ਪੈਸੇ ਵੀ ਨਹੀਂ ਲੈ ਕੇ ਗਿਆ ਅਤੇ ਪੈਸੇ ਸਗੋਂ ਲੈ ਜਾਂਦਾ ਜ਼ਿਆਦਾ ਅਤੇ ਤੈਨੂੰ ਭੇਜਦੇ ਆਪ ਬੱਚਿਆਂ ਨਾਲ ਸੰਵਾਦ ਰਚਾਉਣਾ ਜਿਹੜਾ ਉਹ ਮੈਂ ਸਮਝਦਾ ਇਹਦਾ ਹੱਲ ਹੋ ਸਕਦਾ ਜ਼ਰੂਰ ਮਤਲਬ ਲਗਾਤਾਰ ਸ਼ੁਰੂ ਤੋਂ ਹੀ ਪਰਿਵਾਰਾਂ ਦੇ ਵਿੱਚ ਕੁਆਲਿਟੀ ਟਾਈਮ ਰੋਜ਼ ਸ਼ਾਮ ਦਾ ਦੇਣਾ ਚਾਹੀਦਾ ਹੈ ਰਾਤ ਦਾ ਪ੍ਰਸ਼ਾਦਾ ਇਕੱਠੇ ਛਕਣਾ ਚਾਹੀਦਾ ਹੈ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਹ ਇੱਕਦਮ ਨਹੀਂ ਹੋਏਗਾ ਕੁਝ ਸੱਜਣ ਸੋਚਦੇ ਨੇ ਵੀ ਸ਼ਾਇਦ ਸਮਾਗਮ ਦੀਆਂ ਗੱਲਾਂ ਸੁਣ ਕੇ ਇੱਕਦਮ ਅਸਰ ਹੋ ਜਾਏਗਾ ਇਹ ਐਸਾ ਨਹੀਂ ਹੋਏਗਾ ਉਪਰਾਲੇ ਸ਼ੁਰੂ ਕਰਾਂਗੇ 1% 2% ਅਤੇ ਹੌਲੀ ਹੌਲੀ ਇਹ ਵੱਧਦੇ ਜਾਣਗੇ ਜੀ ਇੱਕ ਅਗਲਾ ਸਵਾਲ ਹੈ ਜੀ ਮੈਂ ਆਪਣੀ ਫੈਮਿਲੀ ਨੂੰ ਹੈਪੀ ਫੈਮਿਲੀ ਕਿਵੇਂ ਬਣਾਵਾਂ ਇਹ ਬਹੁਤ ਸਾਰੇ ਸੱਜਣਾਂ ਨੇ ਇਹੋ ਜਿਹੇ ਸਵਾਲ ਕੀਤੇ ਨੇ ਅਸੀਂ ਇਕੱਠੇ ਤੌਰ ਦੇ ਉੱਤੇ ਇਹ ਰੱਖਤਾ ਜੀ ਕਿਵੇਂ ਹੈਪੀ ਫੈਮਿਲੀ ਬਣਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਆਪਾਂ ਪਿਛਲੇ ਕੁਛ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਪਰਿਵਾਰ ਇੱਕ ਯੂਨਿਟ ਹੈ ਯੂਨਿਟ ਤੋਂ ਭਾਵ ਇੱਕ ਇਕਾਈ ਹੈ ਇੱਕ ਐਸੀ ਸੰਸਥਾ ਹੈ ਜਿਹਨੂੰ ਇੱਕ ਬੰਦਾ ਜਾਂ ਇੱਕ ਦੀ ਸੋਚ ਨਾਲ ਨਹੀਂ ਚੱਲਦਾ ਸੋ ਅੱਜ ਵੀ ਸਵੇਰੇ ਜਦੋਂ ਵੀਰ ਜੀ ਨਾਲ ਵੀ ਉਹਨੇ ਗੱਲ ਕਰ ਰਿਹਾ ਸੀ ਕਿ ਵੀਰ ਜੀ ਨੇ ਉਹਨੇ ਦੱਸਿਆ ਕਿ ਸਵੇਰੇ ਕੁਛ ਪਰਿਵਾਰਾਂ ਦੀ ਕੌਂਸਲਿੰਗ ਕਰਨ ਦੀ ਡਿਊਟੀ ਲੱਗੀ ਸੀ ਪਰਿਵਾਰਾਂ ਦੇ ਵਿੱਚੋਂ ਜਿਹੜੇ ਸਵਾਲ ਆ ਰਹੇ ਸੀ ਕਿ ਜਿਸ ਤਰ੍ਹਾਂ ਪਤਨੀ ਇਹ ਕਹਿ ਰਹੀ ਹੈ ਕਿ ਪਤੀ ਮੇਰੇ ਨਾਲ ਕਈ ਵਾਰੀ ਹੱਥੋਂ ਪਾਈ ਜਾਂ ਜ਼ਬਰਦਸਤੀ ਕਰਦੇ ਨੇ ਜਾਂ ਉਹ ਡਰਿੰਕ ਕਰਦੇ ਨੇ ਮੇਰੇ ਬੱਚੇ ਪਤਿਤ ਹੋ ਗਏ ਨੇ ਜਾਂ ਬੱਚਾ ਜਿਹੜਾ ਉਹ ਕਹਿਣੇ ਤੋਂ ਬਾਹਰ ਹੋ ਰਿਹਾ ਜਾਂ ਜਿਹੜੀ ਮੇਰੀ ਵਾਈਫ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਉਂਦੀਆਂ ਨਾ ਔਰ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਪਰਿਵਾਰ ਇੱਕ ਐਸਾ ਯੂਨਿਟ ਹੈ ਜਿਹਦੇ 'ਚ ਸਾਰਿਆਂ ਦੇ ਇਕੁਅਲ ਕੰਟਰੀਬਿਊਸ਼ਨ ਹੋਵੇ ਔਰ ਉਹ ਇਕੁਅਲ ਕੰਟਰੀਬਿਊਸ਼ਨ ਵੀ ਕਾਫੀ ਨਹੀਂ ਆ ਜਦੋਂ ਉਸ ਪਰਿਵਾਰ ਦਾ ਇੱਕ ਧੁਰਾ ਗੁਰੂ ਦੇ ਨਾਲ ਜੁੜਿਆ ਹੋਏਗਾ ਕਿਉਂਕਿ ਜਿਸ ਤਰ੍ਹਾਂ ਉਹਨੇ ਗੱਲ ਕੀਤੀ ਕਿ ਅਗਰ ਪਰਿਵਾਰ ਦੇ ਵਿੱਚ ਗੁਰਸਿੱਖਾਂ ਦਾ ਉੱਠਣਾ ਬੈਠਣਾ ਔਰ ਗੁਰਸਿੱਖ ਕੌਂਸਲਰ ਦੇ ਜਿਹੜੇ ਨਾਲ ਹੋਣਗੇ ਤਾਂ ਉਸ ਸਮੱਸਿਆ ਨੂੰ ਗੁਰਬਾਣੀ ਦੀ ਰੋਸ਼ਨੀ 'ਚ ਦੇਖਿਆ ਜਾਏਗਾ ਤੋ ਵਿਆਪਕ ਤੌਰ 'ਤੇ ਮੈਂ 3 ਜਾਂ 4 ਪੁਆਇੰਟਸ ਜਿਹੜੇ ਡਿਸਕਸ ਕਰਨਾ ਚਾਹੁੰਦਾ ਜਿਹੜੇ ਸਾਡੀ ਜ਼ਿੰਦਗੀ ਨੂੰ ਕਈ ਵਾਰੀ ਬਹੁਤ ਜ਼ਿਆਦਾ ਨਰਕ ਬਣਾ ਦਿੰਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਧੌਲ ਧਰਮ ਦਇਆ ਕਾ ਪੂਤ ਵੀ ਸੰਸਾਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸੰਤੋਖ ਥਾਪ ਰੱਖਿਆ ਜਿਨ ਸੂਤ ਵੀ ਜਿੱਦਾਂ ਇੱਕ ਮਿਸਤਰੀ ਜਿੱਦਾਂ ਇਹ ਮਕਾਨ ਬਣਿਆ ਕੋਈ ਵੀ ਇਹ ਮਕਾਨ ਦੀ ਅਗਰ ਕੋਈ ਕੰਧ ਸਿੱਧੀ ਹੈ ਨਾ ਤਾਂ ਉਹਦੇ ਪਿੱਛੇ ਇੱਕ ਸੂਤ ਲੱਗਾ ਸੀ ਜਦੋਂ ਮਿਸਤਰੀ ਕਿਸੇ ਮਕਾਨ ਨੂੰ ਬਣਾਉਂਦਾ ਤਾਂ ਸੂਤ ਲਾਉਂਦਾ ਵੀ ਇਹ ਸਿੱਧੀ ਇੱਟ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਕੰਧ ਸਿੱਧੀ ਬਣ ਰਹੀ ਹੈ ਕਿ ਨਹੀਂ ਸਾਨੂੰ ਅੱਜ ਉਹ ਧਾਗਾ ਦਿਖ ਨਹੀਂ ਰਿਹਾ ਪਰ ਜੇ ਉਹ ਧਾਗਾ ਨਾ ਲੱਗਾ ਹੁੰਦਾ ਤਾਂ ਸਿੱਧਾ ਨਹੀਂ ਸੀ ਬਣਦਾ ਪਿੱਲਰ ਨਾ ਹੀ ਛੱਤ ਸਿੱਧੀ ਹੋਣੀ ਸੀ ਉਹ ਜਿਹੜਾ ਸੂਤ ਹੈ ਸਾਡੀ ਜ਼ਿੰਦਗੀ ਦਾ ਸੰਤੋਖ ਹੈ ਔਰ ਜਦੋਂ ਤੱਕ ਅਸੀਂ ਜੇ ਪਤੀ ਆਪਣੀ ਪਤਨੀ ਬਾਰੇ ਇਹ ਜਦੋਂ ਸੋਚਣਾ ਸ਼ੁਰੂ ਕਰ ਦੇਗਾ ਕਿ ਜਿਸ ਤਰ੍ਹਾਂ ਦੀ ਵੀ ਮੇਰੀ ਪਤਨੀ ਹੈ ਭਾਵੇਂ ਉਹਦਾ ਕੱਦ ਉੱਚਾ ਹੈ ਨੱਕ ਲੰਬਾ ਹੈ ਰੰਗ ਗੋਰਾ ਹੈ
ਉੱਚਾ ਬੋਲਦੀ ਹੈ, ਨੀਵਾਂ ਬੋਲਦੀ ਹੈ, ਜਦੋਂ ਤੱਕ ਅਸੀਂ ਐਕਸੈਪਟੈਂਸ 'ਚ ਨਹੀਂ ਆਉਂਦੇ ਵੀ ਜਿਸ ਤਰ੍ਹਾਂ ਦਾ ਮੇਰਾ ਲਾਈਫ ਪਾਰਟਨਰ, ਜਿਸ ਤਰ੍ਹਾਂ ਦੇ ਮੇਰੇ ਬੱਚੇ, ਜਿਸ ਤਰ੍ਹਾਂ ਦਾ ਮੇਰਾ ਪਰਿਵਾਰ ਹੈਗਾ, ਸਭ ਤੋਂ ਪਹਿਲਾਂ ਅਸੀਂ ਉਹਨੂੰ ਐਕਸੈਪਟ ਕਰੀਏ। ਅਸੀਂ ਕੀ ਕਰਦੇ ਹਾਂ ਵੀ ਜਿਸ ਤਰ੍ਹਾਂ ਕੱਲ੍ਹ ਵੀਰ ਜੀ ਨੇ ਗੱਲ ਕੀਤੀ ਸੀ ਵੀ ਗੋਲ ਕਰਦੇ ਹਾਂ ਇੱਕ ਦੂਜੇ 'ਤੇ, ਤੂੰ ਮੈਨੂੰ ਇਹ ਗੱਲ ਕਹੀ ਸੀ, ਮੈਂ ਤੈਨੂੰ ਇਹ ਗੱਲ ਜਦੋਂ ਤੱਕ ਕਹਿ ਨਹੀਂ ਲਾਂਗਾ, ਬਰਾਬਰੀ 'ਤੇ ਨਹੀਂ ਆਉਣਾ। ਸਾਡੇ 'ਚ ਜਿਸ ਦਿਨ ਇਹ ਸੰਤੋਖ ਆ ਜਾਏਗਾ ਕਿ ਮੇਰੀ ਲਾਈਫ, ਮੇਰਾ ਫਾਈਨੈਂਸ਼ੀਅਲ ਸਟੇਟਸ, ਮੇਰਾ ਮਕਾਨ, ਮੇਰਾ ਪਤੀ, ਮੇਰੀ ਪਤਨੀ, ਮੇਰੇ ਬੱਚੇ, ਜਿੱਦਾਂ ਦੇ ਵੀ ਹੈਗੇ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਐਕਸੈਪਟ ਕਰ ਲਵਾਂ। ਜਦੋਂ ਅਸੀਂ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ, ਕਿਉਂਕਿ ਇੱਕ ਇਸ ਗੱਲ ਨੂੰ ਐਕਸੈਪਟ ਕਰਨ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਹੈ, ਅਸੀਂ ਚਾਹੁੰਦੇ ਹਾਂ ਕਿ ਅਸੀਂ ਕਹਿੰਦੇ ਹਾਂ ਮੇਰਾ ਪਤੀ ਸ਼ਰਾਬ ਪੀਂਦਾ, ਜਾਂ ਮੇਰੀ ਪਤਨੀ ਜਿਹੜੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ, ਜਾਂ ਮੇਰੇ ਬੱਚੇ ਜਿਹੜੇ ਨੇ ਉਹ ਬਹੁਤ ਬਦਤਮੀਜ਼ ਨੇ, ਮੈਂ ਇਹਨਾਂ ਨਾਲ ਕਿੱਦਾਂ ਕੱਟਾਂ, ਮੇਰੇ ਨੂੰ ਤਾਂ ਹਰ ਵੇਲੇ ਰਹਿਣਾ ਪੈਂਦਾ, ਮੇਰੀ ਤਾਂ ਜ਼ਿੰਦਗੀ ਨਰਕ ਹੋਈ ਪਈ ਹੈ। ਪਰ ਇੱਕ ਗੱਲ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੇਰਾ ਪਤੀ ਮਾੜਾ, ਮੇਰੀ ਪਤਨੀ ਮਾੜੀ, ਮੇਰੇ ਬੱਚੇ ਮਾੜੇ ਨੇ, ਅਸੀਂ ਕਿਹਦੇ ਨਾਲ ਲੜ ਰਹੇ ਹਾਂ? ਅਸੀਂ ਸੋਚਦੇ, ਸਾਨੂੰ ਲੱਗਦਾ ਕਿ ਅਸੀਂ ਆਪਸ 'ਚ ਲੜ ਰਹੇ ਹਾਂ, ਬਿਲਕੁਲ ਨਹੀਂ, ਅਸੀਂ ਲੜ ਰਹੇ ਹਾਂ ਅਕਾਲ ਪੁਰਖ ਦੇ ਨਾਲ। ਕਿਉਂ? ਕਿਉਂਕਿ ਅਸੀਂ ਕਹਿੰਦੇ ਹਾਂ ਮੈਰਿਜਿਜ਼ ਆਰ ਸੈਟਲਡ ਇਨ ਹੈਵਨ ਐਂਡ ਸੈਲੀਬ੍ਰੇਟਿਡ ਔਨ ਅਰਥ। ਸਾਡੀ ਲਾਈਫ ਇੱਕ ਤਮਾਸ਼ੇ ਵਰਗੀ ਹੈ, ਇੱਕ ਇਸ ਤਰ੍ਹਾਂ ਦੀ ਫਿਲਮ ਵਰਗੀ ਹੈ, ਜਿਹਦਾ ਡਾਇਰੈਕਟਰ ਕੌਣ ਹੈ? ਅਕਾਲ ਪੁਰਖ ਹੈ। ਅਤੇ ਡਾਇਰੈਕਟਰ ਨੇ ਡਿਸਾਈਡ ਕੀਤਾ ਸੀ, ਦੇਖਦੇ ਹਾਂ ਮੂਵੀਜ਼ ਦੇ ਵਿੱਚ ਵੀ ਇੱਕ ਐਕਟਰ ਹੁੰਦਾ, ਉਹਨੂੰ ਇੱਕ ਰੋਲ ਦਿੱਤਾ ਜਾਂਦਾ, ਇੱਕ ਐਕਟਰ 'ਚ ਉਸ ਨੂੰ ਦਿੱਤਾ ਜਾਂਦਾ ਵੀ ਤੂੰ ਨੈਗੇਟਿਵ ਰੋਲ ਕਰਨਾ, ਤੋ ਬਹੁਤ ਵਧੀਆ ਨੈਗੇਟਿਵ ਰੋਲ ਕਰਦਾ। ਦੂਸਰੀ ਫਿਲਮ 'ਚ ਉਹਨੂੰ ਰੋਲ ਦਿੱਤਾ ਜਾਂਦਾ ਕਿ ਤੂੰ ਬਹੁਤ ਪੋਜ਼ਿਟਿਵ ਰੋਲ ਕਰਨਾ, ਉਹ ਬਹੁਤ ਪੋਜ਼ਿਟਿਵ ਰੋਲ ਕਰਦਾ, ਬੰਦਾ ਤਾਂ ਉਹੀ ਹੁੰਦਾ। ਹੁਣ ਮੇਰੀ ਜ਼ਿੰਦਗੀ ਦੇ ਵਿੱਚ ਜੇ ਮੇਰਾ ਜੀਵਨ ਸਾਥੀ ਇਸ ਤਰ੍ਹਾਂ ਦਾ, ਜਿਹੜਾ ਮੈਨੂੰ ਨਹੀਂ ਭਾ ਰਿਹਾ, ਜਿਹੜਾ ਮੇਰੇ ਮਨ ਭਾਉਂਦਾ ਨਹੀਂ ਹੈਗਾ, ਪਰ ਇਹਦਾ ਕਾਰਨ ਕੀ ਹੈ? ਅਸੀਂ ਕਹਿੰਦੇ ਹਾਂ ਵੀ ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ। ਜਿਸ ਤਰ੍ਹਾਂ ਵੀ ਪਰਮਾਤਮਾ ਨੇ ਮੇਰੀ ਲਾਈਫ ਦੇ ਸਰਕਮਸਟਾਂਸਿਸ ਬਣਾਏ ਨੇ, ਅਗਰ ਮੈਂ ਅੱਜ ਉਹਨਾਂ ਨੂੰ ਐਜ਼ ਇਟ ਇਜ਼ ਐਕਸੈਪਟ ਕਰ ਲਵਾਂ ਕਿ ਹਾਂ ਇਹ ਮੇਰੀ ਜ਼ਿੰਦਗੀ ਦੀ ਸੱਚਾਈ ਹੈ, ਔਰ ਇਹਦੇ ਵਿੱਚ ਮੇਰੇ ਪਤੀ ਜਾਂ ਮੇਰੇ ਕਸੂਰ ਨਾਲੋਂ ਜ਼ਿਆਦਾ ਪਰਮਾਤਮਾ ਦੀ ਰਜ਼ਾ ਇਹਦੇ 'ਚ ਲੁਕੀ ਹੋਈ ਹੈ, ਪਰਮਾਤਮਾ ਮੈਨੂੰ ਚਾਹੁੰਦਾ। ਔਰ ਇੱਕ ਸੱਚੀ ਗੱਲ ਜਾਣੀ ਹੈ, ਜੇ ਸਾਡੇ ਸੁਭਾਅ ਨਾਲ ਮੇਲ ਖਾਂਦਾ ਸਾਡੇ ਪਰਿਵਾਰ ਦੇ ਵਿੱਚ, ਭਾਵੇਂ ਉਹ ਸੱਸ ਹੈ ਭਾਵੇਂ ਨਨਾਣ ਹੈ, ਨਹੀਂ ਨਾ, ਤਾਂ ਪਰਮਾਤਮਾ ਸਾਡੀ ਈਗੋ ਨੂੰ ਕਿਤੇ ਨਾ ਕਿਤੇ ਸੈਟਲ ਕਰਨਾ ਚਾਹੁੰਦਾ। ਸਾਡੀ ਈਗੋ ਜਦੋਂ ਬਾਰ ਬਾਰ ਟੁੱਟਦੀ ਹੈ, ਸਾਡੀ ਬਾਰ ਬਾਰ ਸਾਨੂੰ ਇਨਸਲਟ ਦੀ ਫੀਲਿੰਗ ਹੁੰਦੀ ਹੈ, ਸਾਨੂੰ ਬੁਰਾ ਲੱਗਦਾ, ਇਹਦੇ 'ਚ ਉਹ ਬੰਦੇ ਨਹੀਂ ਸਾਨੂੰ ਹਰਟ ਕਰ ਰਹੇ, ਹਰਟ ਕਰਨ ਵਾਲਾ ਕੌਣ ਹੈ? ਹਰਟ ਨਹੀਂ, ਹਰਟ ਹੋਣ ਵਾਲਾ ਮੈਂ ਹਾਂ, ਕਿਉਂਕਿ ਮੈਂ ਸੈਂਸਿਟਿਵ ਹਾਂ। ਔਰ ਪਰਮਾਤਮਾ ਮੇਰਾ ਗੁਰੂ ਚਾਹੁੰਦਾ ਕਿ ਮੈਂ ਆਪਣੀ ਉਸ ਸੈਂਸਿਟਿਵਿਟੀ 'ਚੋਂ ਨਿਕਲ ਕੇ ਆਪਣੇ ਜੀਵਨ ਮਨੋਰਥ 'ਤੇ ਅੱਗੇ ਚੱਲਾਂ। ਅਗਲੀ ਚਰਚਾ 'ਚ ਮੈਂ ਕੁਛ ਹੋਰ ਵਿਸ਼ੇ ਸਾਂਝੇ ਕਰਾਂਗਾ, ਸ਼ਾਇਦ ਲੰਬਾ ਹੋ ਗਿਆ ਮੇਰਾ ਜਵਾਬ, ਪਰ ਪਹਿਲਾ ਸੂਤਰ ਸਾਡੀ ਜ਼ਿੰਦਗੀ ਦਾ ਸੰਤੋਖ ਹੈ। ਜਿੱਦਣ ਅਸੀਂ ਆਪਣੀ ਜ਼ਿੰਦਗੀ 'ਚ ਸੰਤੋਖ ਨੂੰ ਧਾਰਨ ਕਰ ਲਾਂਗੇ ਕਿ ਜੋ ਜਿੱਦਾਂ ਦਾ ਹੈ ਉਹ ਕਿਸੇ ਦਾ ਨਹੀਂ, ਏਕਾ ਟੇਕ ਮੇਰਾ ਮਨਚੀਤ, ਜਿਨ ਕਿਚ ਕਰਨਾ ਸੋ ਹਮਰਾ ਮੀਤ। ਅਤੇ ਅਸੀਂ ਬੰਦਿਆਂ ਨੂੰ ਕਰਤੇ ਨਾ ਬਣਾਈਏ, ਕਰਤਾ ਪੁਰਖ ਇੱਕੋ ਹੀ ਹੈ ਜੋ ਨੇ ਮੇਰੀ ਜ਼ਿੰਦਗੀ 'ਚ ਪੇਨ ਲਿਖੀ ਹੈ। ਕੇਤਿਆਂ ਦੂਖ ਭੂਖ ਸਦ ਮਾਰ, ਇਹ ਬੇ ਦਾਤ ਤੇਰੀ ਦਾਤਾ। ਉਹਨੂੰ ਦਾਤ ਕਰਕੇ ਮੰਨ ਲਈਏ, ਦੇਖੋ ਪਹਿਲਾ ਸਾਡੀ ਜ਼ਿੰਦਗੀ ਦਾ ਪਹਿਲਾ ਪਰਿਵਾਰਕ ਆਨੰਦਮਈ ਪਰਿਵਾਰਕ ਜੀਵਨ ਵੱਲ ਪਹਿਲਾ ਕਦਮ ਸਾਡਾ ਸਮਝ ਲਓ ਚੁੱਕਿਆ ਗਿਆ। ਵਾਹ ਜੀ ਵਾਹ, ਮੇਰਾ ਮਨ ਕਰਦਾ ਇਹ ਸ਼ਬਦ ਜਿਹੜਾ ਵੀਰ ਜੀ ਨੇ ਪੜ੍ਹਿਆ ਇੱਕ ਵਾਰੀ ਆਪਾਂ ਸਾਰੇ ਮੁਸਕਰਾ ਕੇ ਅਤੇ ਸਮਝ ਕੇ ਪੜ੍ਹ ਲਈਏ ਜੀ। ਕੀ ਸ਼ਬਦ ਹੈ? ਏਕਾ ਟੇਕ ਮੇਰਾ ਮਨ ਚੀਲ। ਸਾਰੇ ਕਿਰਪਾ ਕਰੋ ਜੀ। ਏਕਾ ਟੇਕ ਮੇਰਾ ਮਨ ਚੀਤ, ਏਕਾ ਟੇਕ ਮੇਰਾ ਮਨ ਚੀਤ। ਏਕਾ ਟੇਕ, ਇੱਕੋ ਹੀ ਟੇਕ ਹੈ, ਕਿੱਥੇ? ਮੇਰਾ ਮਨ ਚੀਤ, ਮੇਰੇ ਮਨ ਅਤੇ ਚਿੱਤ ਵਿੱਚ ਇੱਕ ਟੇਕ ਹੈ। ਕਿਹੜੀ ਟੇਕ? ਬੜੀ ਕਮਾਲ ਦੀ ਗੱਲ ਅੱਗੇ ਜਵਾਬ ਆ ਰਿਹਾ ਪਾਤਸ਼ਾਹ, ਕਹਿੰਦੇ ਨੇ ਜਿਸ ਕਿਛ ਕਰਨਾ, ਜਿਸ ਕਿਛ ਕਰਨਾ, ਜਿਹਨੇ ਕੁਝ ਕਰਨਾ ਹੈ ਉਹ ਕੌਣ ਹੈ? ਸੋ ਹਮਰਾ ਮੀਤ। ਓਏ, ਉਹ ਤਾਂ ਮੇਰਾ ਫਰੈਂਡ ਹੈ, ਉਹ ਤਾਂ ਮੇਰਾ ਮਿੱਤਰ ਹੈ। ਜਿਸ ਦਿਨ ਇਹ ਅੰਦਰ ਟੇਕ ਪੱਕੀ ਹੋ ਗਈ, ਅਸੀਂ ਦੁਖੀ ਨਹੀਂ ਹੋਵਾਂਗੇ। ਆਓ ਪਿਆਰ ਨਾਲ ਮੁਸਕਰਾ ਕੇ ਪੜ੍ਹੀਏ ਜੀ। ਘਰ ਬੈਠੇ ਸੱਜਣ ਵੀ ਪੂਰੇ ਸੁਚੇਤ ਹੋ ਕੇ ਜਿਹੜੀ ਪ੍ਰੇਮਾ ਭਗਤੀ ਦੇ ਨਾਲ ਆ ਕੇ ਇਸ ਫੁਰਮਾਨ ਨੂੰ ਪੜ੍ਹੀਏ ਜੀ, ਅਤੇ ਮਨ ਵਿੱਚ ਵਸਾ ਲਈਏ। ਏਕਾ ਟੇਕ ਮੇਰਾ ਮਨ ਚੀਤ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਸਤ ਸੰਗਤ ਜੀ, ਜੇ ਇਹੀ ਫੁਰਮਾਨ ਅੰਦਰ ਵਸ ਜਾਏ ਨਾ, ਕਦੇ ਕੋਈ ਘਬਰਾਹਟ ਹੋਏਗੀ ਨਹੀਂ।
अंदर आ जाएगा भी जिन्हें कुछ करना हो तो मेरा अपना है, वो मेरा वधिया ही करेगा। तो गुरसिख आ जड़ा अंदेसियां तो काड़े अंदेसियां तो बच जाएगा। बहुत धन्यवाद डॉक्टर मुकतेंद्र सिंह जी। एक सवाल एक बच्चे ने बार बार भेजा है, मेरा दोस्त पिछले 2 साल तो एक लड़की नाल रिलेशनशिप विच है, इस नाल उसका पढ़ाई विच इंटरस्ट घट गया है, मार्क्स भी घट गए हैं, मैनू दिख रहा है कि वह अपने सुपनियां वल नहीं चल पा रहा, मैं उसनू बहुत समझाया पर वह नहीं समझ रहा, एक सच्चे दोस्त वजों दसो हुण मैं की करां। ये बड़ा एक प्रैक्टिकल प्रश्न बच्चे ने पूछा है। अजकल जिहड़े नौजवान जिन्हां नूं असी नौजवान नहीं हुंदे टटैणे कहने उन्हां नूं छोटे, जिहड़े स्कूटर भी जिहड़े 80 ते भजांदे ने छोटे छोटे जिहड़े ने विच मारदे ने किसे दे कदी कुछ करदे ने, मोबाइल दे नाल शरारतां करदे ने, नैटवर्क ते बहुत सारियां ओह गलतियां करदे ने, तो उन्हां तक ओह सारा मटीरियल जिहड़ा ऑनलाइन पुज रिहा। पंजाबी गीत संगीत दे विच बहुत सारे लचर इंडीसेंट वलगर सोंग जिहड़े ने आ गए ने, फिल्मां जिहड़ियां ने ओह सारियां नैट दे उत्ते अवेलेबल ने, मोबाइल ते अवेलेबल ने, तो ओह बच्चे जिहड़े ने समझदे ने शायद किसी दे नाल रिलेशनशिप होना फ्रेंडशिप होनी जिहड़ी है इह कोई स्टेटस सिंबल हैगा। इह गल लड़कियां च नहीं है, लड़कियां विच भी बहुत हैगी है, और जिहड़ी लड़की दा कोई बॉयफ्रेंड नहीं है ਉਹਨੂੰ ਬਾਕੀ ਮਖੌਲ ਕਰਦੀਆਂ ਉਹ ਸਮਝਦੀਆਂ ਸ਼ਾਇਦ ਮੇਰੇ ਵਿੱਚ ਕੋਈ ਕਮੀ ਹੈ ਅਤੇ ਮੇਰਾ ਬੋਆਏਫ੍ਰੈਂਡ ਨਹੀਂ ਹੈ। ਜਿਹੜੀਆਂ ਸਿਆਣੀਆਂ ਕੁੜੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜੀਆਂ ਕਮਲੀਆਂ ਨੇ ਉਹਨਾਂ ਦੀ ਗੱਲ ਕਰ ਰਿਹਾ, ਬਹੁਤ ਲੱਖਾਂ ਕਰੋੜਾਂ ਸਿਆਣੀਆਂ ਕੁੜੀਆਂ ਹੈਗੀਆਂ, ਇਹ ਕਮਲੀਆਂ ਦੀ ਗੱਲ ਕਰ ਰਿਹਾ, ਉਹ ਕੁੜੀਆਂ ਜਿਹੜੀਆਂ ਨੇ ਉਹ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਰਿਲੇਸ਼ਨ 'ਚ ਫਸਦੀਆਂ ਨੇ ਅਤੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਕਿਉਂਕਿ ਲੜਕੇ ਜਿਹੜੇ ਨੇ ਉਹ ਕੋਈ ਵਿਰਲਾ ਹੀ ਹੁੰਦਾ ਜਿਹੜਾ ਕੋਈ ਇਸ ਤਰ੍ਹਾਂ ਹੋਵੇ ਵੀ ਉਹ ਜਿਹਦੇ ਜਿਹਨੂੰ ਉਹ ਚਾਹੁੰਦਾ ਅਤੇ ਉਹਨੂੰ ਲੁੱਕ ਕੇ ਦੇਖਦਾ ਹੋਵੇ ਜਾਂ ਉਹਦੇ ਨਾਲ ਪਿਆਰ ਕਰਦਾ ਹੋਵੇ, ਆਮ ਜਿਹੜੇ ਨੇ ਤਮਾਸ਼ਬੀਨ ਨੇ। ਕੱਲ੍ਹ ਜਸਪਾਲ ਸਿੰਘ ਜੀ ਬੰਬੇ ਵਾਲਿਆਂ ਨੇ ਉਹ ਲਫ਼ਜ਼ ਕੱਢਿਆ ਸੀ ਇਨਫਿਊਟੇਟਰ ਜਿਹੜਾ, ਉਹ ਸ਼ਬਦ ਬਹੁਤ ਸ਼ਾਨਦਾਰ ਸੀ, ਲੋਫਰ ਵੀ ਹੁੰਦਾ ਵੈਸੇ ਉਹ, ਲੇਕਿਨ ਉਹ ਮੈਂ ਕਹਾਂਗਾ ਉਹ ਦੱਸ ਦੇਣਗੇ ਉਹ ਸ਼ਬਦ ਇੰਗਲਿਸ਼ ਦਾ, ਉਹ ਜਿਹਦਾ ਮਤਲਬ ਹੈ ਵੀ ਜਿਹਨੂੰ ਅਸੀਂ ਰੋਡ ਜਿਹੜਾ ਕਹਿੰਦੇ ਹਾਂ ਉੱਥੇ ਹਰ ਵੇਲੇ ਘੁੰਮਦੇ ਰਹਿਣਾ ਉਹ ਕਰਨਾ, ਉਹ ਲੜਕੀਆਂ ਅਤੇ ਲੜਕੇ ਇਸ ਤਰ੍ਹਾਂ ਦੇ ਉਹਨਾਂ ਨੂੰ ਸਖਤੀ ਨਾਲ ਪੇਰੈਂਟਸ ਨੂੰ ਰੋਕਣਾ ਚਾਹੀਦਾ, ਉਹਨਾਂ ਨੂੰ ਡਿਸਿਪਲਿਨ 'ਚ ਲਿਆਉਣਾ ਚਾਹੀਦਾ, ਲੜਕੀਆਂ ਖਾਸ ਤੌਰ 'ਤੇ ਧਿਆਨ ਰੱਖਣ ਵੀ ਅਲਟੀਮੇਟਲੀ ਉਹਨਾਂ ਦੀ ਲਾਈਫ ਦੇ ਉੱਤੇ ਇਹਦਾ ਮਾੜਾ ਅਸਰ ਪੈਂਦਾ। ਅੱਜ ਕੱਲ੍ਹ ਫੋਟੋਆਂ ਖਿੱਚ ਕੇ ਨੈੱਟ ਉੱਤੇ ਪਾ ਦਿੰਦੇ ਨੇ, ਬੋਆਇਜ਼ ਜਿਹੜੇ ਨੇ ਖਾਸ ਤੌਰ 'ਤੇ ਬਹੁਤ ਸਾਰੇ ਉਹਨਾਂ ਦੇ ਅੱਗੋਂ ਦੋਸਤ ਹੁੰਦੇ ਨੇ, ਉਹ ਇੱਕ ਨੂੰ ਸੋਹਣੇ ਮੁੰਡੇ ਨੂੰ ਅੱਗੇ ਲਾ ਦਿੰਦੇ ਨੇ, ਉਹ ਲੜਕੀ ਪ੍ਰਭਾਵਿਤ ਹੋ ਜਾਂਦੀ ਹੈ, ਹਰ ਸੋਹਣੇ ਮੁੰਡੇ ਦੇ ਪਿੱਛੇ 5-6 ਬਦਮਾਸ਼ ਮੁੰਡੇ ਜਿਹੜੇ ਨੇ ਉਹ ਨਾਲ ਉਹਦੇ ਹੁੰਦੇ ਨੇ, ਸੋਹਣੇ ਮੁੰਡੇ ਨੂੰ ਅੱਗੇ ਲਾ ਕੇ ਉਹਨੂੰ ਪੈਸੇ ਵੀ ਦਿੰਦੇ ਨੇ, ਉਹਨੂੰ ਕਹਿੰਦੇ ਨੇ ਤੂੰ ਲੜਕੀ ਦਾ ਬਰਥਡੇ ਮਨਾ, ਇੱਦਾਂ ਕਰ ਉੱਦਾਂ ਕਰ, ਅਤੇ ਉਹ ਬਰਥਡੇ ਮਨਾਉਂਦੀ ਹੈ ਲੜਕੀ। ਅਲਟੀਮੇਟਲੀ ਬਹੁਤ ਸਾਰੇ ਕੇਸ ਅਸੀਂ ਦੇਖਦੇ ਹਾਂ ਗੈਂਗ ਰੇਪਸ ਵਗੈਰਾ ਦੇ ਹੁੰਦੇ ਨੇ, ਲੜਕੀਆਂ ਖਾਸ ਤੌਰ ਉੱਤੇ ਸਾਵਧਾਨ ਰਹਿਣ। ਕੋਈ ਕਹਿ ਦੇਵੇ ਤੂੰ ਚੰਨ ਵਰਗੀ ਦਿਸਦੀ ਹੈ, ਕੋਈ ਕਿਸੇ ਨੂੰ ਪਿਆਰ ਨਹੀਂ ਜੇ ਕਰਦਾ ਕੋਈ, ਅਲਟੀਮੇਟਲੀ ਜਦੋਂ ਵਿਆਹ ਹੁੰਦਾ ਤੁਸੀਂ ਦੇਖ ਲਓ, ਉਹ ਕਹਿੰਦੇ ਨੇ ਕਮਾਉਂਦੀ ਹੋਵੇ 30-40 ਹਜ਼ਾਰ ਰੁਪਇਆ ਲਿਆਉਂਦੀ ਹੋਵੇ ਘਰ ਤਾਂ ਵਿਆਹ ਹਾਂ ਕਰਦੇ ਨੇ, ਇਕੱਲੀ ਸੋਹਣੀ ਜੇ ਨਹੀਂ ਕਮਾਉਂਦੀ ਵਿਆਹ ਕਰਦੇ ਹੀ ਨਹੀਂ। ਪਹਿਲਾਂ ਕਹਿਣਗੇ ਚੰਦਰਮਾ ਵਾਂਗੂ ਤੈਨੂੰ ਪਿਆਰ ਕਰਾਂ, ਉਹ ਕਰਾਂਗਾ, ਤਾਰੇ ਤੋੜ ਲਿਆਵਾਂਗਾ, ਬਾਅਦ 'ਚੋਂ ਕਹੇ ਸ਼ਿਮਲੇ ਚੱਲੀਏ, ਕਹੇਗਾ ਪੈਸੇ ਹੀ ਹੈ ਨਹੀਂ ਵਿਆਹ ਤੋਂ ਬਾਅਦ, ਪਹਿਲਾਂ ਕਹੇਗਾ ਤਾਰੇ ਤੋੜ ਲਿਆਵਾਂਗਾ, ਸ਼ਿਮਲੇ ਲੈ ਜਾਵਾਂਗਾ, ਉਹ ਚੰਦਰਮਾ ਵਰਗੀ ਦਿਸਦੀ ਹੈ। ਤੋ ਇਹ ਲੜਕੀਆਂ ਖਾਸ ਤੌਰ 'ਤੇ ਅਕਲ ਕਰਨ, ਉਹ ਸਾਵਧਾਨ ਰਹਿਣ, ਅਤੇ ਮੁੰਡਿਆਂ ਦੇ ਸੋਹਣਾ ਮੁੰਡਾ ਜਿਹੜਾ ਨਾ ਬਹੁਤ ਮੂਰਖ ਵੀ ਹੋ ਸਕਦਾ, ਔਰ ਬਹੁਤ ਸੋਹਣਾ ਹੋਣਾ ਕੋਈ ਨਹੀਂ, ਡੰਮੀ ਕਿੰਨੀਆਂ ਖੜੀਆਂ ਹੁੰਦੀਆਂ ਨੇ, ਕਿੰਨੇ ਡੰਮੀ ਹੁੰਦੇ ਨੇ ਇਹਦੇ 'ਚ ਦੁਕਾਨਾਂ ਦੇ ਉੱਤੇ, ਤੋ ਸਾਵਧਾਨ ਰਹਿਣ। ਬੋਆਇਜ਼ ਜਿਹੜੇ ਨੇ ਉਹ ਵੀ ਆਪਣੀ ਸਿਹਤ ਵੱਲ ਧਿਆਨ ਦੇਣ, ਤਗੜੇ ਰਹਿਣ, ਉਹ ਸ਼ਾਨ ਨਾਲ ਵਿਆਹ ਕਰਨ, ਔਰ ਆਪਣੀ ਜਿਹੜੀ ਜਿਹਨੂੰ ਉਹ ਚਾਹੁੰਦੇ ਨੇ ਪਿਆਰ ਕਰਦੇ ਨੇ, ਸਿਰਫ ਫਰੈਂਡਸ਼ਿਪ ਜਿਹੜੀ ਹੈ ਉਹ ਭੈਣ ਭਰਾ ਜਾਂ ਉਸ ਤੋਂ ਅੱਗੇ ਜਿਹੜੇ ਅਸੀਂ ਫੈਲੋਜ਼ ਹੁੰਦੇ ਹਾਂ, ਕਲਾਸ ਫੈਲੋਜ਼ ਹੁੰਦੇ ਹਾਂ, ਜਾਂ ਕੋਈ ਵੀ ਪ੍ਰੋਜੈਕਟ ਹੈ ਉੱਥੇ ਅਸੀਂ ਕੋਵਰਕਰ ਹੋ ਸਕਦੇ ਹਾਂ, ਆਪਸ 'ਚ ਪਿਆਰ ਹੋ ਸਕਦਾ, ਅਸੀਂ ਇਕੱਠੇ ਖਾ ਪੀ ਸਕਦੇ ਹਾਂ, ਜਾ ਸਕਦੇ ਹਾਂ, ਟੂਰ 'ਤੇ ਜਾ ਸਕਦੇ ਹਾਂ, ਪਰ ਉਹ ਜਿਹੜਾ ਰਿਲੇਸ਼ਨ ਗੰਦਗੀ ਵਾਲਾ ਹੈ ਉਹ ਬੰਦਗੀ ਦੇ ਨਾਲ ਹੀ ਦੂਰ ਹੋ ਸਕਦਾ। ਉਹਦੇ ਲਈ ਇਹ ਹੈ ਕਿ ਛੋਟੀ ਉਮਰ ਤੋਂ ਬੱਚਿਆਂ ਨੂੰ ਕੀਰਤਨ ਦੇ ਨਾਲ ਲਿਆਈਏ। ਮੈਂ 1 ਮਿੰਟ ਇਹਦੇ 'ਚ ਐਡ ਕਰਨਾ ਚਾਹਾਂਗਾ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਜਦੋਂ ਖਡੂਰ ਸਾਹਿਬ ਆਏ
ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਸੀਂ ਘੱਟ ਪੜ੍ਹਦੇ ਹਾਂ, ਉਹ ਪੜ੍ਹਨੀਆਂ ਚਾਹੀਦੀਆਂ। ਸਿੱਖ ਸੱਭਿਆਚਾਰ ਦੀ ਉਸਾਰੀ ਸ਼ੁਰੂ ਹੋ ਗਈ ਔਰ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਬਣਿਆ। ਅੱਜ ਕੱਲ੍ਹ ਜਿਮ ਨੇ ਬਹੁਤ ਸਾਰੇ, ਸਾਡੇ ਜਤਿੰਦਰਪਾਲ ਸਿੰਘ ਜੀ ਨੇ, ਉਹਨਾਂ ਨੇ ਤੁਹਾਡੇ ਨੇੜੇ ਇੱਥੇ ਜਿਮ ਖੋਲਿਆ, ਬੱਚੇ ਜਿਮ 'ਚ ਜਾਂਦੇ ਨੇ, ਉਹ ਮੱਲ ਅਖਾੜਾ ਖੋਲਿਆ ਤਾਂ ਕਿ ਜਿਹੜੇ ਲੋਕ ਨੇ ਚੰਗੇ ਬਾਡੀ ਵਾਲੇ ਹੋਣ, ਚੰਗੀ ਸਿਹਤ ਵਾਲੇ ਹੋਣ, ਉਹਨਾਂ ਦੇ ਘਰਾਂ ਵਿੱਚ ਹੀ ਅੱਗੋਂ ਤਗੜੇ ਲੋਕ ਜਨਮ ਲੈ ਸਕਦੇ ਨੇ। ਅਤੇ ਜਿਹੜਾ ਫੈਮਿਲੀ ਸਿਸਟਮ ਹੈ ਉਹਨੂੰ ਸਿੱਖਾਂ ਨੇ ਪ੍ਰਵਾਨ ਕੀਤਾ, ਗੁਰੂ ਨਾਨਕ ਦੇਵ ਜੀ ਨੇ ਮੋਹਰ ਲਾਈ ਔਰ ਫੈਮਿਲੀ ਸਿਸਟਮ ਜਿਹੜਾ ਸਿੱਖਾਂ ਦਾ, ਸੱਭਿਆਚਾਰ ਦੀ ਉਸਾਰੀ ਸ਼ੁਰੂ ਹੋ ਗਈ। ਉਧਰੋਂ ਗੁਰੂ ਦੇ ਦਰ ਦੇ ਉੱਤੇ ਲੰਗਰ ਸ਼ੁਰੂ ਹੋ ਗਏ। ਇਹ ਸਾਰਾ ਕੁਝ ਸਿੱਖ ਫੈਮਿਲੀਜ਼ ਅੱਜ ਜਿਹੜੀਆਂ ਦੁਨੀਆ ਭਰ ਵਿੱਚ ਹੈਗੀਆਂ, ਗੁਰਦੁਆਰਿਆਂ ਵਿੱਚ ਜਾ ਰਹੀਆਂ ਨੇ, ਗੁਰਧਾਮਾਂ 'ਚ ਜਾ ਰਹੀਆਂ ਨੇ, ਹਵਾਈ ਜਹਾਜ਼ਾਂ 'ਤੇ ਆਪਾਂ ਦੇਖਦੇ ਹਾਂ, ਏਅਰਪੋਰਟ ਭਰੇ ਪਏ ਨੇ। ਇਹ ਸਾਰਾ ਕੁਝ, ਖੁਸ਼ਹਾਲੀ ਜਿਹੜੀ ਹੈ ਇਹ ਗੁਰੂ ਦੇ ਕਰਕੇ ਆਈ ਹੈ ਔਰ ਸਿੱਖ ਸੱਭਿਆਚਾਰ ਜਿਹੜਾ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਚਾਰ ਪਾਤਸ਼ਾਹੀਆਂ ਦੇ ਦੌਰਾਨ ਜਿਹੜਾ ਸਿੱਖ ਸੱਭਿਆਚਾਰ ਉਸਰਿਆ, ਉਹਦੇ ਕਰਕੇ ਅੱਜ ਸਿੱਖ ਜਿਹੜੇ ਨੇ ਤਗੜੇ ਨੇ, ਸੋਹਣੇ ਨੇ, ਲੋਕ ਉਹਨਾਂ ਨੂੰ ਲਾਈਕ ਕਰਦੇ ਨੇ। ਔਰ ਫਰਾਂਸ ਪੈਰਿਸ ਦੀਆਂ ਸੜਕਾਂ 'ਤੇ ਅਸੀਂ ਗਏ ਹਾਂ, ਉੱਥੇ ਸਰਦਾਰ ਸਰਦਾਰਨੀ ਤੁਰਦੇ ਐਡੇ ਸੋਹਣੇ ਲੱਗਦੇ ਨੇ, ਮੈਂ ਕਹਿੰਦਾ ਕਮਾਲ ਹੈ। ਦੁਨੀਆ ਭਰ ਦੇ ਵਿੱਚ ਅੱਜ ਸ਼ਾਨ ਸਿੱਖਾਂ ਦੀ ਬਣੀ ਹੋਈ ਹੈ। ਇਹਨੂੰ ਨੌਜਵਾਨ ਬੱਚੇ ਬੱਚੀਆਂ ਸਮਝਣ ਔਰ ਗੰਦਗੀ ਵਾਲਾ ਜਿਹੜਾ ਰਿਲੇਸ਼ਨ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਅਨਸਰਟਨ ਫਿਊਚਰ ਹੈ, ਨੁਕਸਾਨ ਹੋ ਸਕਦਾ। ਬੱਚਿਆਂ ਨੂੰ ਪ੍ਰੇਰ ਕੇ ਅਸੀਂ ਆਰਟ, ਸਾਇੰਸ, ਮਿਊਜ਼ਿਕ ਇਹਨਾਂ ਦੇ ਵੱਲ, ਕੋਮਲ ਕਲਾਵਾਂ ਵੱਲ ਜ਼ਿਆਦਾ ਲੈ ਕੇ ਆਈਏ। ਬੱਚਿਆਂ ਦਾ ਪਿਆਰ ਇਹਦੇ ਨਾਲ ਆਏਗਾ ਅਤੇ ਫਿਰ ਠੀਕ ਹੋ ਸਕੇਗਾ ਜੀ। ਸਰ, ਇਸ ਦੋਸਤ ਨੂੰ ਅਸੀਂ ਇਹ ਵੀ ਕਹੀਏ ਕਿ ਤੂੰ ਆਪਣੀ ਹਾਲੀ ਹਿੰਮਤ ਨਾ ਛੱਡ, ਲੱਗਿਆ ਰਹਿ। ਹਾਂ, ਨਹੀਂ 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 ਛੱਡੇਗਾ ਨਹੀਂ। ਦੂਜੀ ਗੱਲ, ਉਹਨੂੰ ਅੱਛੀਆਂ ਕਿਤਾਬਾਂ, ਅੱਛੇ ਮੈਗਜ਼ੀਨ, ਕੋਈ ਨਾ ਕੋਈ ਗੱਲ ਹਰ ਵੇਲੇ ਮੈਸੇਜ ਭੇਜਦਾ ਰਹਿ। ਔਰ ਇਸ ਤੋਂ ਬਚਣ ਲਈ ਚਾਹੀਦਾ ਕੀ ਹੈ ਕਿ ਪੇਰੈਂਟਸ, 8ਵੀਂ 10ਵੀਂ ਦਾ ਬੱਚਾ, ਚਾਹੇ ਲੜਕਾ ਹੈ ਲੜਕੀ, ਉਦੋਂ ਉਹਦੇ ਨਾਲ ਫਰੈਂਡ ਬਣ ਜਾਣ, ਉਹਦੇ ਨਾਲ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ। ਅਤੇ ਮੇਰੇ ਖਿਆਲ ਜੇ ਬੱਚੇ ਨੂੰ ਘਰ ਦੇ ਵਿੱਚ ਹੀ ਇਹੋ ਜਿਹੀ ਗੱਲਾਂ ਮਿਲਣਗੀਆਂ, ਪ੍ਰੇਰਨਾਵਾਂ ਮਿਲਣਗੀਆਂ, ਅਤੇ ਉਹ ਬੱਚੇ ਗਲਤ ਸੰਗਤ ਵਿੱਚ ਪੈਣਗੇ ਹੀ ਨਹੀਂ। ਇੱਕ ਹੋਰ ਇਹਦੇ 'ਚ ਪੁਆਇੰਟ ਛੋਟਾ ਜਿਹਾ ਮੈਂ ਐਡ ਕਰਨਾ ਚਾਹਾਂਗਾ ਕਿ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਸਾਡਾ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਵੀ ਗਲਤ ਚੱਲ ਰਿਹਾ ਹੁੰਦਾ ਹੈ, ਭਾਵੇਂ ਉਹ ਕੋਈ ਸ਼ਰਾਬੀ ਹੋ ਗਿਆ ਜਾਂ ਕਿਸੇ ਗਲਤ ਰਿਲੇਸ਼ਨ 'ਚ ਪੈ ਗਿਆ, ਅਸੀਂ ਕੀ ਕਰਦੇ ਹਾਂ ਕਿ ਸਾਰਾ ਪਰਿਵਾਰ ਰਲ ਕੇ ਉਹਦੇ 'ਤੇ ਇੱਦਾਂ ਬੰਬਾਰਡਮੈਂਟ ਸ਼ੁਰੂ ਕਰ ਦਿੰਦੇ ਹਾਂ ਕਿ ਸਾਰੇ ਉਹਦੀ ਕਾਉਂਸਲਿੰਗ ਸ਼ੁਰੂ ਕਰ ਦਿੰਦੇ ਹਾਂ, ਸਵੇਰੇ ਸ਼ਾਮ ਦਿਨ ਰਾਤ ਉਹਨੂੰ ਮੱਤਾਂ ਹੀ ਦੇਈ ਜਾਂਦੇ ਹਾਂ, ਔਰ ਉਸ ਬੰਦੇ ਦੇ ਅੰਦਰ ਇੱਕ ਬਲੌਕ ਕ੍ਰੀਏਟ ਹੋ ਜਾਂਦਾ ਕਿ ਯਾਰ ਦਿਨ ਰਾਤ ਮੈਂ ਤੁਹਾਡੇ ਲੈਕਚਰ ਸੁਣ ਸੁਣ ਕੇ ਤੰਗ ਆ ਗਿਆ। ਮੇਰੇ ਹਿਸਾਬ ਨਾਲ ਅਗਰ ਕੋਈ ਇਸ ਤਰ੍ਹਾਂ ਦਾ ਸਾਡਾ ਵੀਰ, ਬੱਚਾ, ਭੈਣ ਭਟਕ ਗਿਆ ਤਾਂ ਅਸੀਂ ਪੈਸਿਵ ਲਿਸਨਰ ਬਣਨਾ ਜਿਸ ਦਿਨ ਸਿੱਖ ਜਾਵਾਂਗੇ ਨਾ, ਅਸੀਂ ਸਪੀਚ ਸਾਰੇ ਦੇ ਲੈਂਦੇ ਹਾਂ, ਦੂਜੇ ਨੂੰ ਉਪਦੇਸ਼ ਦੇਣੇ ਬੜੇ ਸੌਖੇ ਨੇ, ਪਰ ਜਿਹੜਾ ਬੰਦਾ ਉਸ ਦੌਰ ਦੇ ਵਿੱਚੋਂ ਲੰਘ ਰਿਹਾ, ਉਹ ਦੁਬਧਾ ਦੇ ਵਿੱਚੋਂ ਲੰਘ ਰਿਹਾ, ਇੱਕ ਪਾਸੇ ਉਹ ਆਪਣੇ ਪਰਿਵਾਰ ਨਾਲ ਜੁੜਿਆ ਹੈ, ਇੱਕ ਪਾਸੇ ਉਹਦਾ ਮਨ ਉਹਨੂੰ ਦੂਜੇ ਪਾਸੇ ਖਿੱਚ ਰਿਹਾ, ਉਹਨੂੰ ਉਸ ਵੇਲੇ ਸਾਡੀ ਸਹਾਨੁਭੂਤੀ ਦੀ, ਉਹਨੂੰ ਉਸ ਵੇਲੇ ਸਾਡੇ ਮਿੱਠੇ ਬੋਲਾਂ ਦੀ ਲੋੜ ਹੈ, ਨਾ ਕਿ ਲੈਕਚਰਾਂ ਦੀ ਲੋੜ ਹੈ। ਸੋ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਕਿ ਲੈਕਚਰ ਦੇਣ ਦੀ ਬਜਾਏ ਅਸੀਂ ਉਹਦੀ ਗੱਲ ਸੁਣੀਏ, ਜਿੰਨਾ ਅਸੀਂ ਉਹਦੀ ਗੱਲ ਸੁਣਾਂਗੇ ਉਹਦਾ ਅੰਦਰ ਖਾਲੀ ਹੋ ਜਾਏਗਾ ਔਰ ਉਹ ਸਾਡੇ ਨਾਲ ਜੁੜੇਗਾ ਔਰ ਸਾਡੀ ਗੱਲ ਮੰਨਣ ਲਈ ਮਜਬੂਰ ਹੋ ਜਾਏਗਾ। ਬਹੁਤ ਵਧੀਆ ਜੀ। ਇੱਕ ਬੜਾ ਪਿਆਰਾ ਮੈਸੇਜ ਆਇਆ ਜੀ ਅੰਮ੍ਰਿਤਸਰ ਤੋਂ ਕਿ ਮੇਰੇ ਬੇਟੇ ਨੇ 1992 ਵਿੱਚ ਮੈਨੂੰ ਕਿਹਾ ਕਿ ਪਾਪਾ ਤੁਸੀਂ ਬਿਜਲੀ ਦੀ ਚੋਰੀ ਕਿਸ ਵਾਸਤੇ ਕਰਦੇ ਹੋ, ਜੇ ਤੁਸੀਂ ਮੇਰੇ ਵਾਸਤੇ ਕਰਦੇ ਹੋ ਤਾਂ ਮੈਂ ਚੰਗਾ ਬੱਚਾ ਨਹੀਂ ਬਣ ਸਕਾਂਗਾ। ਉਸ ਦਿਨ ਮੇਰੇ ਗੱਲ ਮੇਰੇ ਦਿਲ ਵਿੱਚ ਵੱਜ ਗਈ ਔਰ ਮੈਂ ਉਹ ਚੋਰੀ ਛੱਡ ਦਿੱਤੀ ਅਤੇ ਅੱਜ ਮੇਰਾ ਬੇਟਾ ਗੁਰੂ ਦੀ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਪ੍ਰੋਫੈਸਰ ਹੈ। ਬਹੁਤ ਬੱਚੇ ਵੀ ਆਪਣੇ ਵੱਡਿਆਂ ਨੂੰ ਸੰਵਾਰ ਸਕਦੇ ਹਨ। ਇੱਕ ਹੋਰ ਸਵਾਲ ਆਇਆ ਜੀ ਕਿ ਪਤਨੀ ਦੇ ਪੇਕੇ ਵਾਲਿਆਂ ਦੇ ਆਉਣ 'ਤੇ ਪਤੀ ਕਈ ਵਾਰ ਪਤਨੀ ਦੀ ਇਨਸਲਟ ਕਰਨਾ ਸ਼ੁਰੂ ਕਰ ਦਿੰਦਾ ਹੈ, ਕੀ ਕਰੀਏ? ਇਹ ਜਿਹੜੀ ਗੱਲ ਹੈ ਕਿ ਪਤੀ ਪਤਨੀ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਨਹੀਂ ਸਮਝਦਾ, ਜਦਕਿ ਅਸੀਂ ਪਹਿਲੇ ਦਿਨ ਪੜ੍ਹਿਆ ਸੀ ਕਿ ਰਹਿਤ ਮਰਿਆਦਾ 'ਚ ਦੋਨਾਂ ਨੂੰ ਇਹ ਉਪਦੇਸ਼ ਹੈ ਕਿ ਅੱਜ ਤੋਂ ਬਾਅਦ ਇਹ ਤੇਰੇ ਮਾਤਾ ਪਿਤਾ ਨੇ, ਲੜਕੇ ਨੇ ਲੜਕੀ ਦੇ ਮਾਤਾ ਪਿਤਾ ਨੂੰ ਆਪਣੇ ਜਾਣਨਾ ਅਤੇ ਲੜਕੇ ਨੇ ਲੜਕੀ ਦੇ, ਦੋਨਾਂ ਨੇ ਇੱਕ ਦੂਸਰੇ ਦੇ ਜਾਣਨਾ। ਪਰ ਇਹਦੇ ਲਈ ਕਿਵੇਂ ਸਮਝਾਇਆ ਜਾਏ ਜੀ ਪਤੀਆਂ ਨੂੰ ਵੀ ਅਤੇ ਪਤਨੀਆਂ ਨੂੰ ਵੀ ਜੀ? ਇਹ ਜਿਹੜਾ ਜੀ ਅਦਬ, ਇੱਕ ਸ਼ਬਦ ਹੈਗਾ ਉਰਦੂ ਦਾ ਅਦਬ, ਰਿਸਪੈਕਟ ਸ਼ਬਦ ਉਹਦੇ ਬਰਾਬਰ ਨਹੀਂ ਹੈਗਾ, ਉਸ ਤੋਂ ਅਦਬ ਬਹੁਤ ਵੱਡਾ ਸ਼ਬਦ ਹੈ। ਅਦਬ ਜਿਹੜਾ ਉਹਦੇ ਵਿੱਚ ਲਿਟਰੇਚਰ ਵੀ ਆ ਜਾਂਦਾ, ਉਹਦੇ 'ਚ ਆਰਟ ਵੀ ਆ ਜਾਂਦੀ ਹੈ, ਸਾਰਾ ਕੁਛ ਆ ਜਾਂਦਾ। ਅਸਲ ਵਿੱਚ ਜਿਵੇਂ ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ ਅਤੇ ਸਕੂਲਾਂ ਦੇ ਵਿੱਚ, ਕਾਲਜਾਂ, ਯੂਨੀਵਰਸਿਟੀਆਂ ਵਿੱਚ, ਹੋਰ ਬੜੀਆਂ ਥਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਜਿੱਥੇ ਹੁੰਦਾ,
ਅਤੇ ਜਿਹੜੇ ਬੱਚੇ ਸਹਿਜ ਪਾਠ ਕਰਨ ਲੱਗ ਜਾਂਦੇ ਨੇ, ਕਿਉਂਕਿ ਸਾਰੀ ਦੁਨੀਆ ਦੀ ਸਾਰੀ ਸ੍ਰਿਸ਼ਟੀ ਦੀ ਸਿਆਣਪ ਹੈ ਜਿਹੜੀ ਉਹ ਗੁਰੂ ਸਾਹਿਬ ਨੇ ਇਕੱਠੀ ਕਰਕੇ ਸੰਜੋਅ ਕੇ ਬਾਣੀ ਦੇ ਵਿੱਚ ਪਾ ਦਿੱਤੀ ਹੋਈ ਹੈ। ਅਤੇ ਜਿਹੜਾ ਬੱਚਾ ਸਹਿਜ ਪਾਠ ਕਰਦਾ, ਇਸਤਰੀ ਪੁਰਸ਼ ਕੋਈ ਵੀ ਨੌਜਵਾਨ ਬਜ਼ੁਰਗ, ਉਹਦੇ ਅੰਦਰ ਵਿਜ਼ਡਮ ਜਿਹੜੀ ਹੈ ਹੌਲੀ ਹੌਲੀ ਘਰ ਕਰਨੀ ਸ਼ੁਰੂ ਕਰ ਦਿੰਦੀ ਹੈ। ਜਿਹੜੇ ਡਿਸਕਸ਼ਨਸ ਵਿੱਚ ਪਾਰਟੀਸਪੇਟ ਕਰਦੇ ਨੇ ਉਹਨਾਂ ਦਾ ਬ੍ਰੇਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਅਤੇ ਜਿਹੜੇ ਡਾਇਲੋਗ ਵਿੱਚ ਪੈਂਦੇ ਨੇ, ਕੁਐਸਚਨ ਆਨਸਰ ਪੁੱਛਦੇ ਨੇ, ਚਿੰਤਨ ਕਰਦੇ ਨੇ, ਉਹਨਾਂ ਦੀ ਸਿਆਣਪ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਉਹਨਾਂ ਨੂੰ ਕਿਹਾ ਹੋਇਆ, ਬਿਨ ਬੂਝੇ ਐਸੇ ਫਿਰੈਂ ਜੈਸੇ ਪਾਸ ਢੋਰ। ਉਹਨਾਂ ਨੂੰ ਦੇਖਣ ਨੂੰ ਬ੍ਰੈਂਡਡ ਕੱਪੜੇ ਭਾਵੇਂ ਪਾ ਲਓ, ਭਾਵੇਂ ਜਿੰਨੇ ਮਰਜ਼ੀ ਸੈਂਟ ਲਾ ਲਓ, ਲੇਕਿਨ ਸਮਝ ਨਾ ਹੋਣ ਕਰਕੇ, ਬੁੱਝਣ ਤੋਂ ਬਿਨਾਂ ਉਹ ਪਸ਼ੂ ਅਤੇ ਢੋਰ ਜਿਹੜਾ ਹੈ ਉਸ ਤਰ੍ਹਾਂ ਜਿਵੇਂ ਢੱਡੇ ਸੜਕ ਦੇ ਉੱਤੇ ਨੇ, ਕਾਰਾਂ ਦੇ ਵਿੱਚ ਵੱਜਦੇ ਫਿਰਦੇ ਨੇ, ਇਸ ਤਰ੍ਹਾਂ ਉਹ ਬੰਦੇ ਜਿਹੜੇ ਨੇ ਘਰਾਂ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਰੱਬ ਨੇ ਪਤੀ ਬਣਾਤਾ ਜਾਂ ਪਤਨੀ ਬਣਾਤਾ, ਉਹਨਾਂ ਦਾ ਲੈਵਲ ਆਫ ਵਿਜ਼ਡਮ ਜਿਹੜਾ ਉਹ ਵਧਾਉਣ ਦੀ ਲੋੜ ਹੈ। ਇਹ ਉਹ ਸੰਗਤ ਤੋਂ ਦੂਰ ਬੈਠੇ ਹੋਏ ਨੇ, ਤਾਂ ਉਹਨਾਂ ਨੂੰ ਪ੍ਰੇਰ ਕੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਸੰਵਾਦ ਦੇ ਵਿੱਚ ਲਿਆਉਣਾ ਚਾਹੀਦਾ, ਸੰਗਤ ਵਿੱਚ ਲਿਆਉਣਾ ਚਾਹੀਦਾ, ਔਰ ਅਦਬ ਸਿਖਾਉਣਾ ਚਾਹੀਦਾ। ਵੈਸੇ ਤਾਂ ਤਾੜਨਾ ਵੀ ਕਰਨੀ ਚਾਹੀਦੀ ਹੈ, ਅਸੀਂ ਸ਼ਹਿਰੀ ਲੋਕ ਜਿਹੜੇ ਹਾਂ ਕਿਸੇ ਹੋਰ ਤਰ੍ਹਾਂ ਅਸੀਂ ਹੱਲ ਕੱਢਦੇ ਹਾਂ। ਸਾਡੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ, ਦਬਕਾ ਹੁੰਦਾ ਇੱਕ ਸਿਆਣਾ, ਦਬਕਾ ਇੱਕ ਹੁੰਦਾ, ਵੀਰ ਜੀ ਨੇ ਡਾਕਟਰ ਸਾਹਿਬ ਨੇ ਜਿਵੇਂ ਹੁਣ ਕਿਹਾ ਵੀ ਆਪਾਂ ਬਹੁਤਾ ਨਹੀਂ ਕ੍ਰਿਟੀਸਾਈਜ਼ ਕਰਨਾ, ਉਹ ਨਹੀਂ ਕਰਨਾ, ਇੱਕ ਸਿਆਣਾ ਦਬਕਾ ਹੁੰਦਾ ਜਿਹਦੇ ਵਿੱਚ ਕੋਈ ਸੱਟ ਨਹੀਂ ਵੱਜਦੀ, ਲੇਕਿਨ ਇੱਕ ਝਟਕਾ ਜਿਹਾ ਹੁੰਦਾ ਥੋੜ੍ਹਾ ਜਿਹਾ, ਉਹਦੇ ਨਾਲ ਬੰਦੇ ਠੀਕ ਹੋ ਜਾਂਦੇ ਨੇ। ਉਸ ਦਬਕੇ ਵਾਲੇ ਸਾਡੇ ਬਜ਼ੁਰਗ ਘੱਟਦੇ ਜਾ ਰਹੇ ਨੇ, ਔਰ ਉਹ ਦਬਕੇ ਵਾਲੇ ਬੰਦੇ ਥੋੜ੍ਹੇ ਜਿਹੇ ਹੋਣ, ਜਿਹੜੇ ਵਿਆਹ ਦੇ ਉੱਤੇ ਟਾਈਮ 'ਤੇ ਬਰਾਤ ਨੂੰ ਲੈ ਜਾਂਦੇ ਹੁੰਦੇ ਸੀ, ਹੁਣ 10 ਵਜੇ ਦਾ ਟਾਈਮ ਦੇ ਕੇ 1:30 ਵਜੇ ਬਰਾਤ ਜਾਂਦੀ, ਉਹ ਦਬਕੇ ਵਾਲੇ ਬੰਦੇ ਹੁਣ ਖਤਮ ਹੋ ਗਏ ਨੇ, ਘੱਟ ਜੇ ਜਾ ਰਹੇ ਨੇ। ਉਹ ਦਬਕਾ ਵੀ ਥੋੜ੍ਹਾ ਜਿਹਾ ਚਾਹੀਦਾ ਤਾਂ ਕਿ ਅਦਬ ਜਿਹੜਾ ਉਹ ਆਵੇ। ਮਿਸਿਜ਼ ਜਿਹੜੀ ਪਤਨੀ ਹੈ ਉਹਦੀਆਂ ਅੱਖਾਂ ਦੇ ਵਿੱਚ ਇੰਨਾ ਤੇਜ਼ ਚਾਹੀਦਾ ਵੀ ਉਹ ਹਸਬੈਂਡ ਵੱਲ ਜਦੋਂ ਦੇਖੇ ਤਾਂ ਉਹਦੀ ਬੇਇੱਜ਼ਤੀ ਨਾ ਕਰ ਸਕਦਾ ਹੋਵੇ। ਔਰ ਪਤਨੀ ਦੇ ਵਿੱਚ ਇੰਨੇ ਗੁਣ ਹੁੰਦੇ ਨੇ, ਉਹ ਪਤਨੀ ਆਪਣੇ ਗੁਣਾਂ ਨੂੰ ਬਾਹਰ ਕੱਢੇ, ਉਹ ਕਿਵੇਂ ਬਾਹਰ ਕੱਢੇ ਇਹ ਵਿਸਥਾਰ ਨਾਲ ਫਿਰ ਸਮਾਂ ਆਏਗਾ। ਔਰ ਦੋਵਾਂ ਦੇ ਵਿੱਚ ਅਦਬ ਦਾ ਜਿੰਨਾ ਰੇਸ਼ੋ ਵਧੇਗਾ, ਇੱਕ ਦੂਜੇ ਦੇ ਸਤਿਕਾਰ ਨਾਲ ਹੀ ਗੱਲ ਜਿਹੜੀ ਅੱਗੇ ਵਧੇਗੀ। ਉਹ ਪਤੀ ਜਿਹੜਾ ਇਸ ਤਰ੍ਹਾਂ ਉਹਦੀ ਬੇਇੱਜ਼ਤੀ ਕਰ ਰਿਹਾ, ਉਹ ਸਮਝੋ ਆਪਣੀ ਬੇਇੱਜ਼ਤੀ ਕਰ ਰਿਹਾ। ਹੁਣ ਇਹ ਡਾਕਟਰ ਸਾਹਿਬ ਨੇ ਕਿਹਾ ਹੈਗਾ, ਇਹਦੇ ਵਿੱਚ ਛੋਟੀ ਜਿਹੀ ਮੈਂ ਕੰਪਲੀਮੈਂਟ ਕਰਾਂਗਾ ਕਿ ਸਿੰਪਲ ਜਿਹੀ ਇੰਸਟਰਕਸ਼ਨ ਹੈ ਕਿ ਜੇ ਪਤਨੀ ਦਾ ਪਤੀ ਉਹਦੇ ਪੇਕਿਆਂ ਦੀ ਬੇਇੱਜ਼ਤੀ ਕਰ ਰਿਹਾ, ਇਸ ਸਮੱਸਿਆ ਦਾ ਹੱਲ ਇੱਕ ਦਿਨ 'ਚ ਨਹੀਂ ਆਉਣਾ। ਪਰ ਇੱਕ ਗੱਲ ਡਾਇਰੈਕਟ ਹੈ ਕਿ ਪਤਨੀ ਕਦੀ ਵੀ ਫਿਰ ਇਸ ਬਦਲੇ ਦੀ ਭਾਵਨਾ ਨਾਲ ਕਿ ਉਹ ਮੇਰੇ ਘਰਦਿਆਂ ਦੀ ਇੱਜ਼ਤ ਨਹੀਂ ਕਰਦਾ, ਮੈਂ ਤੇਰੇ ਘਰਦਿਆਂ ਦੀ ਇੱਜ਼ਤ ਨਹੀਂ ਕਰਨੀ, ਇਸ ਦੌੜ 'ਚ ਕਦੀ ਨਾ ਪਵੇ, ਫਿਰ ਉਹ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਏਗੀ। ਜੇ ਉਹਨੇ ਬੇਇੱਜ਼ਤੀ ਕੀਤੀ ਵੀ ਹੈ ਉਹਦਾ ਸਤਿਕਾਰ ਕਰੇ ਉਹਦੇ ਮਾਪਿਆਂ ਦਾ, ਅਤੇ ਜਦੋਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉਹ ਸਤਿਕਾਰ ਕਰੇਗੀ ਤਾਂ ਉਹ ਬੇਇੱਜ਼ਤੀ ਕਰੇਗਾ ਨਾ, ਅਤੇ ਬੇਇੱਜ਼ਤੀ ਕਰਨ ਵਾਲਾ ਆਪੇ ਝੂਠਾ ਪੈ ਕੇ ਉਹਦੀ ਇੱਜ਼ਤ ਕਰਨੀ ਸ਼ੁਰੂ ਕਰ ਦੇਗਾ। ਇੱਜ਼ਤ ਕਿਰਦਾਰ ਦੀ ਹੁੰਦੀ ਹੈ, ਇੱਜ਼ਤ ਵਿਚਾਰ ਦੀ ਨਹੀਂ ਹੁੰਦੀ। ਵਿਚਾਰ ਜਿੰਨੇ ਮਰਜ਼ੀ ਕਿਸੇ ਬੜੇ ਹੁੰਦੇ ਨੇ, ਗੱਲਾਂ ਕਰਦੇ ਨੇ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ ਜਦੋਂ ਕਿਰਦਾਰ ਹੋਏਗਾ ਨਾ, ਕਿਰਦਾਰ ਨਾਲ ਇੱਜ਼ਤ ਹਿਰਦੇ 'ਚੋਂ ਪੈਦਾ ਹੁੰਦੀ ਹੈ, ਕਵਾ ਕੇ ਇੱਜ਼ਤ ਨਹੀਂ ਕਰਨੀ ਪੈਂਦੀ। ਤੋ ਗੁਰਬਾਣੀ ਵੀ ਇਹ ਕਹਿੰਦੀ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਅਸੀਂ ਕਹਿੰਦੇ ਮੈਂ ਬੜਾ ਕਰਕੇ ਦੇਖ ਲਿਆ, ਨਹੀਂ, ਜੇ ਕੋਈ ਹਰੀਜਨ ਦੀ ਨਿੰਦਾ ਵੀ ਕਰਦਾ ਨਾ, ਉਹ ਆਪਣਾ ਗੁਣ ਨਾ ਛੱਡੇ, ਮਾਫੀ ਵਾਲਾ, ਉਹ ਆਪਣਾ ਗੁਣ ਨਾ ਛੱਡੇ ਕਿ ਮੈਂ ਇੱਦਾਂ ਦਾ ਥੋੜ੍ਹੀ ਬਣ ਜਾਣਾ। ਜਿੱਦਣ ਉਹ ਆਪਣਾ ਗੁਣ ਨਹੀਂ ਗਵਾਏਗਾ ਨਾ, ਕੁਦਰਤੀ ਗੱਲ ਹੈ ਐਂਡ 'ਤੇ ਹਮੇਸ਼ਾ ਕਦਰ ਉਹਦੀ ਹੀ ਹੋਏਗੀ ਜਿਹੜਾ ਆਪਣੇ ਗੁਣਾਂ 'ਤੇ ਅਡਿੱਗ ਰਹੇਗਾ। ਬਹੁਤ ਅੱਛਾ, ਇਸ ਲਈ ਪਾਈਏ ਜੀ, ਸੱਸ ਵਾਲੀ ਗੱਲ ਦੁਬਾਰਾ ਦੱਸਣਾ ਜੀ। ਸੁੱਖ ਵਿੱਚ ਇੱਕ ਸੱਸਾ ਹੁੰਦਾ ਹੈ ਅਤੇ ਸੱਸ ਵਿੱਚ ਦੋ ਸੱਸੇ ਹੁੰਦੇ ਨੇ। ਬਹੁਤ ਸਾਰੀਆਂ ਸੱਸਾਂ ਚੰਗੀਆਂ ਵੀ ਹੁੰਦੀਆਂ ਹਨ, ਉਹਨਾਂ ਨਾਲ ਚੰਗੇ ਬਣ ਕੇ ਦੇਖੀਏ ਅਤੇ ਜੀਵਨ ਵਿੱਚ ਆਨੰਦ ਆ ਜਾਏਗਾ। ਇੱਕ ਸਵਾਲ ਆਇਆ ਜੀ ਕਿ ਅਗਰ ਕੋਈ ਬੰਦਾ ਆਪਣੀ ਪਤਨੀ ਨੂੰ ਘਰ ਦੇ ਵਿੱਚ ਮਾਰ ਕੁੱਟ ਕਰਦਾ ਹੋਵੇ, ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਡੋਮੈਸਟਿਕ ਵਾਇਲੈਂਸ, ਅਤੇ ਉਹ ਇਹੋ ਜਿਹੇ ਪ੍ਰੋਗਰਾਮ ਸੁਣਨ ਨੂੰ ਵੀ ਤਿਆਰ ਨਾ ਹੋਵੇ ਅਤੇ ਨਾ ਚੰਗੀਆਂ ਕਿਤਾਬਾਂ ਪੜ੍ਹਨ ਲਈ ਤਿਆਰ ਹੋਏ, ਅਤੇ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਜੀ? ਵੈਸੇ ਇਸ ਸਵਾਲ ਦਾ ਜਵਾਬ ਡਾਕਟਰ ਸਾਹਿਬ ਨੇ, ਪ੍ਰੋਫੈਸਰ ਸਾਹਿਬ ਨੇ ਹੁਣੇ ਦਿੱਤਾ ਕਿ ਦੋ ਤਰ੍ਹਾਂ ਦੀਆਂ ਇਹਦੇ ਚੀਜ਼ਾਂ ਨੇ, ਇੱਕ ਤਾਂ ਵੀ ਦਬਕੇ ਵਾਲੇ ਬਜ਼ੁਰਗ ਹੋਣ ਅਤੇ ਇਸ ਚੀਜ਼ ਦਾ ਹੱਲ ਹੋ ਸਕਦਾ, ਦੂਸਰੀ ਗੱਲ ਇਹ ਹੈ ਕਿ ਅੱਜ ਵੀ ਸਵੇਰੇ ਕੌਂਸਲਿੰਗ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਮੇਰੇ ਕੋਲ ਨਾ ਡਾਕਟਰ ਸਾਹਿਬ ਦਿੱਤਾ ਸਭ ਕੁਛ ਹੈਗਾ ਰੱਬ ਦਾ,
ਪੈਸਾ ਵੀ ਹੈਗਾ, ਘਰ ਦੇ ਵਿੱਚ ਸਾਰਾ ਕੁਛ ਹੈਗਾ, ਬਸ ਇੱਕ ਗੱਲ ਨਹੀਂ ਹੈਗੀ ਜਿਹੜੀ ਜ਼ਿੰਦਗੀ ਨੇ ਮੈਨੂੰ ਨਰਕ ਬਣਾਇਆ ਪਿਆ। ਇੱਕ ਬੀਬੀ ਜੀ ਕਹਿੰਦੇ ਮੇਰੇ ਕੋਲ ਸਭ ਕੁਛ ਹੈਗਾ ਪਰ ਮੇਰਾ ਬੱਚਾ ਮੇਰੇ ਕਹਿਣੇ 'ਚ ਨਹੀਂ ਹੈਗਾ। ਮਤਲਬ ਇੱਕ ਚੀਜ਼ ਆਪਾਂ ਇੱਕ ਚੀਜ਼ ਨੂੰ ਇੱਥੇ ਸੰਭਾਲੀਏ ਕਿ ਆਨੰਦਮਈ ਪਰਿਵਾਰਕ ਜੀਵਨ ਦਾ ਦੂਸਰਾ ਵੱਡਾ ਜਿਹੜਾ ਸੂਤਰ, ਪਹਿਲੇ ਆਪਾਂ ਸੰਤੋਖ ਦੀ ਗੱਲ ਕੀਤੀ ਹੈ, ਦੂਜਾ ਵੱਡਾ ਸੂਤਰ ਪਤਾ ਕੀ ਹੈ? ਆਪ ਸੁਖਮਨੀ ਸਾਹਿਬ 'ਚ ਪੰਜਵੀਂ ਅਸ਼ਟਪਦੀ 'ਚ ਗੁਰੂ ਸਾਹਿਬ ਕਹਿੰਦੇ ਵੀ ਦੇਨ ਹਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨਕ ਕਹੂੰ ਨਸੀ ਜੇ ਬਿਨ ਨਾਵੇਂ ਪੱਤ ਜਾਏ। ਹੁਣ ਉਹਦੇ 'ਚ ਕੀ ਕਹਿੰਦੇ ਨੇ ਕਿ ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗੁਆਵੇ, ਏਕ ਵੀ ਨਾ ਦੇ ਦਸ ਵੀ ਹਿਰ ਲੇ ਤੋ ਮੂੜਾ ਕੋ ਕਾਂ ਕਰੇ। ਅਸੀਂ ਕਹਿੰਦੇ ਹਾਂ ਮੇਰੇ ਕੋਲ ਪਰਿਵਾਰ ਹੈਗਾ, ਮੇਰੇ ਕੋਲ ਸੋਹਣਾ ਸਰੀਰ ਹੈਗਾ, ਮੇਰੇ ਕੋਲ ਸਾਰਾ ਕੁਛ ਹੈਗਾ, ਬਸ ਇੱਕ ਚੀਜ਼ ਨਹੀਂ ਹੈਗੀ। ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਜਿਹੜੀਆਂ ਦਸ ਦਿੱਤੀਆਂ ਤੂੰ ਉਹਨਾਂ ਦਾ ਸ਼ੁਕਰ ਕਿੰਨਾ ਕੁ ਕੀਤਾ, ਅਤੇ ਜਿਹੜੀ ਇੱਕ ਨਹੀਂ ਹੈਗੀ ਉਹਦੇ ਪਿੱਛੇ ਤੂੰ ਕਹੀ ਜਾਂਦਾ ਮੇਰੀ ਜ਼ਿੰਦਗੀ ਨਰਕ ਹੋ ਗਈ। ਕਹਿੰਦੇ ਜਿਹੜੀ ਤੈਨੂੰ ਇੱਕ ਦੇ ਪਿੱਛੇ ਰੋਂਦਾ ਪਿਆ, ਰੱਬ ਨੂੰ ਸ਼ਿਕਾਇਤ ਕਰਦਾ ਪਿਆ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਤੁਸੀਂ ਮੇਰੇ ਨਾਲ ਇੱਦਾਂ ਕਿਉਂ ਕੀਤਾ, ਜੋ ਇੱਕ ਤਾਂ ਨਾ ਹੀ ਦੇਣ ਬਾਕੀ ਜਿਹੜੀਆਂ ਦਸ ਦਿੱਤੀਆਂ ਉਹ ਵੀ ਖੋਹ ਲੈਣਗੇ, ਤੇਰਾ ਕੀ ਜ਼ੋਰ ਹੈ? ਤੂੰ ਜਿਹੜੀਆਂ ਦਸ ਦਿੱਤੀਆਂ ਉਹਨਾਂ ਦਾ ਜਿੱਦਣ ਸ਼ੁਕਰ ਕਰਨ ਲੱਗ ਜਾਏਗਾ ਨਾ, ਜਿਹੜੀ ਇੱਕ ਨਹੀਂ ਮਿਲੀ ਉਹਦਾ ਦੁੱਖ ਤੇਰਾ ਆਪਣੇ ਆਪ ਛੋਟਾ ਹੋ ਜਾਏਗਾ। ਔਰ ਜਦੋਂ ਤੂੰ ਅੰਦਰੋਂ ਦੁਖੀ ਨਹੀਂ ਹੋਏਗਾ, ਤੇਰੇ ਅੰਦਰ ਸ਼ਾਂਤੀ ਹੋਏਗੀ, ਪ੍ਰਭ ਕੀ ਆਗਿਆ ਮਾਨੇ ਮਾਥੇ ਉਸ 'ਤੇ ਚੌਗਨ ਕਰੇ ਨਿਆਲ, ਨਾਨਕ ਸਾਹਿਬ ਸਦਾ ਦਿਆਲ। ਇਹ ਪੇਪਰ ਹੈ ਸਾਡਾ, ਜਿਹੜੀ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕੰਡਾ ਹੈ ਨਾ, ਇੱਕ ਜਿਹੜੀ ਚੀਜ਼ ਸਾਨੂੰ ਪਰਮਾਤਮਾ ਨੇ ਕਮੀ ਦਿੱਤੀ ਹੋਈ ਹੈ। ਕਿਉਂ ਦਿੱਤੀ ਹੋਈ ਹੈ? ਕਿਤੇ ਅਸੀਂ ਫਿਰ ਤਾਂ ਬੰਦਾ ਰੱਬ ਹੀ ਬਣ ਜੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵ ਹੈ ਸੋਈ ਕਰੇ। ਮਤਲਬ ਸਾਡੀ ਜ਼ਿੰਦਗੀ 'ਚ ਇਹ ਜਿਹੜਾ ਹੁਕਮ ਮੰਨਣ ਵਾਲਾ ਸੂਰਤ ਹੈ, ਇਹ ਸੂਤਰ ਹੈ ਨਾ ਜਿਹੜਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹਿਣਾ, ਕਿ ਇਹ ਹੁਕਮ ਹੈ ਜਿਹੜੀ ਮੈਨੂੰ ਮਾਰ ਪੈ ਰਹੀ ਹੈ ਨਾ, ਇਹ ਸੱਚ ਕਰਕੇ ਮੰਨਣਾ ਕਿ ਇਹ ਮੇਰੇ ਅੰਦਰਲੇ ਕਿਸੇ ਔਗੁਣ ਨੂੰ ਖਤਮ ਕਰਨ ਵਾਸਤੇ ਪਰਮਾਤਮਾ ਮੇਰੇ ਪਤੀ ਦੇ ਰੂਪ 'ਚ ਆ ਕੇ ਮੈਨੂੰ ਮਾਰ ਰਿਹਾ। ਜਿਸ ਦਿਨ ਮੇਰੇ ਮਨ 'ਚ, ਸਾਡਾ ਕਲਚਰ ਕੀ ਕਹਿੰਦਾ, ਬੀਬੀ ਰਜਨੀ ਸੀ ਨਾ, ਨੌ ਭੈਣਾਂ ਸੀ, ਅੱਠ ਕਹਿੰਦੀਆਂ ਪਿਤਾ ਜੀ ਤੁਸੀਂ ਸਾਨੂੰ ਪਾਲ ਦਿਓ, ਰਜਨੀ ਕਹਿੰਦੀ ਮੈਨੂੰ ਤਾਂ ਰੱਬ ਪਾਲਦਾ, ਤਾਂ ਪਿਓ ਕਹਿੰਦਾ ਮੈਂ ਤੈਨੂੰ ਦੱਸਦਾ ਨਾ ਉਹਨੂੰ ਰੱਬ ਪਾਲਦਾ, ਪਿੰਗਲੇ ਨਾਲ ਵਿਆਹ ਤੀ ਫੜ ਕੇ। ਹੁਣ ਉਹਨੇ ਕੀ ਕੀਤਾ? ਉਹਨੇ ਇਹ ਤਾਂ ਨਹੀਂ ਕਿਹਾ ਮੈਨੂੰ ਪਿੰਗਲੇ ਨਾਲ ਕਿਉਂ ਵਿਆਹ ਤਾ, ਉਹ ਚੁੱਕੇ ਨਾਲ ਉਹਨੂੰ ਤੁਰ ਪਈ, ਉਹਨੇ ਭਾਣਾ ਮਿੱਠਾ ਕਰਕੇ ਮੰਨਿਆ, ਉਸ ਮਿੱਠਾ ਕਰਕੇ ਭਾਣਾ ਮੰਨਣ। ਸਾਡੀਆਂ ਜਿਹੜੀਆਂ ਸਾਖੀਆਂ ਨੇ ਨਾ, ਉਹਨਾਂ ਦੇ ਵਿੱਚ ਇਹ ਹੈ ਕਿ ਪਤਨੀ ਇਹ ਮੰਨ ਕੇ ਚੱਲੇ ਵੀ ਜੇ ਮੇਰਾ ਪਿੰਗਲੇ ਨਾਲ ਵੀ ਵਿਆਹ ਹੋ ਗਿਆ ਨਾ ਤਾਂ ਮੇਰਾ ਵਾਰ ਹੈ। ਕਮੀਆਂ ਨਾ ਦੇਖੋ, ਨਾ ਹੀ ਇਹ ਨਹੀਂ ਵੀ ਸਿਰਫ ਪਤੀਆਂ ਦੇ ਵਿੱਚ ਕਮੀਆਂ ਨਾ ਦੇਖੋ, ਅਸੀਂ ਮਰਦਾਂ ਲਈ ਵੀ ਇਹ ਗੱਲ ਹੈਗੀ ਹੈ ਕਿ ਆਪਣੀਆਂ ਪਤਨੀਆਂ ਦੀ ਜਿਹੜੀ ਦਸ ਗੁਣ ਛੱਡ ਕੇ ਇੱਕ ਕਮੀ ਨੂੰ ਦੇਖ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਈ ਫਿਰਦੇ ਹਾਂ, ਇਹ ਸਾਡੀ ਚੁਆਇਸ ਹੈ। ਅਸੀਂ ਕਹਿੰਦੇ ਨਾ ਵੀ ਸੁੱਖ ਮੰਗਤ ਦੁੱਖ ਅੱਗੇ ਆਵੇ, ਵੀ ਅਸੀਂ ਤਾਂ ਸੁੱਖ ਮੰਗਿਆ ਸੀ, ਦੁੱਖ ਕਿੱਥੋਂ ਆ ਗਿਆ? ਦੁੱਖ ਇੱਥੋਂ ਹੀ ਆਇਆ ਕਿਉਂਕਿ ਅਸੀਂ ਰੱਬ ਨਾਲ ਲੜ ਰਹੇ ਹਾਂ, ਆਪਣੀ ਜ਼ਿੰਦਗੀ ਦੀ ਸੱਚਾਈ ਨੂੰ ਐਕਸੈਪਟ ਨਹੀਂ ਕਰ ਰਹੇ, ਹੁਕਮ ਭਾਣੇ ਮੰਨਣ ਵਾਲੀ ਗੱਲ 'ਚ ਨਹੀਂ ਆ ਰਹੇ। ਜੇ ਹੈ ਕੋਈ ਗੱਲ ਨਹੀਂ, ਉਸ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਜਿੱਦਣ ਅਸੀਂ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸ਼ੁਰੂ ਕਰਤਾ ਨਾ, ਸਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਣੀ ਹੈ ਔਰ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਵਰਤ ਜਾਣੀਆਂ ਸਾਡੇ ਜੀਵਨ। ਡਾਕਟਰ ਸਾਹਿਬ, ਲਾਅ ਆਫ ਲੈਂਡ ਦਾ ਬੜਾ ਰੋਲ ਇਹਦੇ ਵਿੱਚ ਹੈਗਾ। ਬਾਹਰਲੇ ਦੇਸ਼ਾਂ ਵਿੱਚ ਤਾਂ ਬੱਚਾ ਵੀ ਜਿਹੜਾ ਉਹ ਚਪੇੜ ਨਹੀਂ ਖਾਂਦਾ, ਫਟਾਫਟ ਉੱਥੇ ਪੁਲਿਸ 'ਤੇ ਆ ਜਾਂਦੀ ਹੈ। ਇੱਥੇ ਵੀ ਬਹੁਤ ਸਾਰੇ ਕਾਨੂੰਨ ਬਣੇ ਨੇ, ਪਰ ਵਾਇਲੈਂਸ ਜਿਹੜੀ ਹੈ ਉਹਦੇ ਬਹੁਤ ਸਾਰੇ ਹੱਲ ਇਹ ਹੈਗੇ ਨੇ ਕਿ ਪਰਿਵਾਰ ਦੇ ਵਿੱਚ ਕੁਝ ਚੇਂਜ ਜਿਹੜੀ ਹੈ ਨਾ ਲਿਆਂਦੀ ਜਾਵੇ, ਕੁਛ ਸੇਵਾ ਕਾਰਜਾਂ ਵਿੱਚ ਲੱਗਿਆ ਜਾਵੇ। ਇੱਕ ਅਸੀਂ ਜਿਹੜਾ ਅਪਰ ਕਲਾਸ ਹੈ, ਇੱਕ ਮਿਡਲ ਕਲਾਸ ਹੈ, ਇੱਕ ਲੋਅਰ ਮਿਡਲ ਕਲਾਸ ਹੈ, ਉਸ ਤੋਂ ਬਾਅਦ ਲੋਅਰ ਕਲਾਸ ਹੈ। ਇਹਦੇ ਵਿੱਚ ਬੜੇ ਕਾਰਨ ਹੋਰ ਹੋ ਸਕਦੇ ਨੇ, ਇਕਨੋਮਿਕ ਕਾਰਨ ਜਿਹੜੇ ਨੇ, ਹੈਲਥ ਦੇ ਕਾਰਨ, ਬੜੇ ਕਾਰਨ ਨੇ ਵਾਇਲੈਂਸ ਦੇ, ਤਾਂ ਉਹਦਾ ਹੱਲ ਵੀ ਸਾਨੂੰ ਲੱਭਣਾ ਚਾਹੀਦਾ ਨਾਲ ਨਾਲ ਲੰਬੇ ਸਮੇਂ ਲਈ। ਜਿਹੜੇ ਕੌਂਸਲਰ ਨੇ, ਹੋਰ ਲੋਕ ਜਿੰਨੇ ਸੰਗਤ ਵਿੱਚ ਬੈਠੇ ਹੋਏ ਨੇ, ਉਹਨਾਂ ਵਿੱਚ ਬਹੁਤ ਸਾਰੇ ਵਿਦਵਾਨ ਸੱਜਣ ਹੈਗੇ ਨੇ, ਉਹਦਾ ਹੱਲ ਕੋਈ ਨਾ ਕੋਈ ਲੱਭਣ। ਜਿਹੜੀ ਗਰੀਬੀ ਹੈ ਉਹਦਾ ਹੱਲ ਕਰਨਾ ਸੰਗਤ ਦੀ ਜ਼ਿੰਮੇਵਾਰੀ ਹੈ, ਪੰਥ ਦੀ ਜ਼ਿੰਮੇਵਾਰੀ ਹੈ ਕਿ ਅਰਨਿੰਗ ਜਿਹੜੀ ਹੈ ਨਾ, ਜ਼ਰੂਰ ਪਰਿਵਾਰ ਦੀ ਵਧਣੀ ਚਾਹੀਦੀ ਹੈ। ਉਹ ਅਰਨਿੰਗ ਵਧਾਉਣ ਦੇ ਲਈ ਬੜੇ ਪਰਿਵਾਰ ਯਤਨ ਕਰ ਰਹੇ ਨੇ, ਕੋਈ ਸਿਲਾਈ ਕਢਾਈ ਸਿੱਖ ਰਿਹਾ, ਕੋਈ ਕੰਪਿਊਟਰ ਸਿੱਖ ਰਿਹਾ, ਕੋਈ ਟਿਊਸ਼ਨ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦਾ ਕੰਮ ਕਰ ਰਿਹਾ। ਉਹ ਜਿਹੜੇ ਪੈਸੇ ਆਉਂਦੇ ਨੇ ਉਹਦੇ ਨਾਲ, ਬਾਜ਼ਾਰੋਂ ਹਰ ਚੀਜ਼ ਪੈਸੇ ਨਾਲ ਮਿਲਣੀ ਹੈ। ਅਸੀਂ ਸਾਰੇ ਬਹੁਤ ਸਾਰੇ ਵਿੱਚੋਂ ਦੁਕਾਨਦਾਰ ਬੈਠੇ ਹੋਵਾਂਗੇ, ਤੁਸੀਂ ਦੱਸੋ ਤੁਸੀਂ ਕਿੰਨੇ ਪਰਿਵਾਰਾਂ ਨੂੰ ਮੁਫਤ ਸੌਦਾ ਦੇ ਸਕਦੇ ਹੋ? ਨਹੀਂ ਦੇ ਸਕਦੇ ਨਾ, ਕਿਉਂਕਿ ਤੁਸੀਂ ਅੱਗੋਂ ਥੋਕ ਜਦੋਂ ਲਿਆਉਣਾ, ਤੁਹਾਨੂੰ ਪੈਸੇ ਦੇ ਕੇ ਚੀਜ਼ ਤੁਹਾਨੂੰ ਵੀ ਮਿਲਣੀ ਹੈ, ਅਤੇ ਹਰ ਇੱਕ ਨੂੰ ਪੈਸੇ ਦੇ ਕੇ ਚੀਜ਼ ਮਿਲਣੀ ਹੈ। ਗੁਰਬਤ ਜਿਹੜੀ ਹੈ, ਗਰੀਬੀ ਹੈ, ਉਹ ਦੂਰ ਕਰਨੀ ਸਿੱਖਾਂ ਦੇ ਘਰਾਂ ਦੇ ਵਿੱਚੋਂ, ਸਾਰੇ ਸਮਾਜ 'ਚੋਂ ਹੀ ਦੂਰ ਕਰਨੀ ਚਾਹੀਦੀ ਹੈ, ਪਰ ਸੰਗਤ ਦੀ ਇਹ ਜ਼ਿੰਮੇਵਾਰੀ ਹੈ ਕਿ ਗੁਰਬਤ ਦੂਰ ਕਰਨ ਲਈ ਜ਼ਰੂਰ ਯਤਨ ਕੀਤੇ ਜਾਣ। ਫਤਿਹ ਟੀ ਵੀ ਵਾਲਿਆਂ ਨੇ ਪਿੱਛੇ ਕੀਤਾ, ਇੱਥੇ ਮਾਡਲ ਹਾਊਸ ਦੇ ਵਿੱਚ ਵੀ ਹੈ, ਹੋਰ ਵੀ ਸਾਰੇ ਯਤਨ ਹੁੰਦੇ ਨੇ, ਸੁਕਿਰਤ ਵੱਲੋਂ ਯਤਨ ਹੁੰਦਾ ਕਿ ਕਿਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਅਰਨਿੰਗ ਮੈਂਬਰਸ ਜਿਹੜੇ ਨੇ ਉਹ ਵਧਣ। ਮੈਂ ਇਹ ਨਹੀਂ ਕਹਿੰਦਾ ਕਿ ਪੈਸਾ ਨਾਲ ਮਸਲਾ ਹੱਲ ਹੋ ਜਾਏਗਾ ਸਾਰਾ,
लेकिन अर्निंग जी है अर्निंग लर्निंग ये दोनों चीज़ा जो पैरल चलन गियाँ काफ़ी मसले वो हल हो लोअर मिडल क्लास मूर्ख लोगों के घर ये वायलेंस की प्रॉब्लम आती है बाकी जो डायलॉग नाल बहुत सारे मसले हल हो रहे हैं। हाँ जी एक पैसा सवाल है जी कि डॉक्टर साहब भी अजकल बहुत सारे लड़के लड़कियां की फोटो फेसबुक पर अपलोड कर देंगे ने टैग कर देंगे ने अननोन परसनस ताकि ज़्यादा लाइक्स मिलन इनू किवें रोकया जाए जी ये पहली गल तो यह गलत है असी एक्सैप्ट करिए सोशल मीडिया की वरतों बहुत सुचजी होनी चाहिए है और यदा पूरा कंट्रोल साढ़े अपने हाथ च होना चाहिए। वैसे जे मैं टैक्नीकल गल करा तो वो प्राइवेसी सैटिंग्स उपर होंदिया ने तुम अपन सैटिंग्स इन स्ट्रिक्ट कर दो क्योंकि दूसरा बच्चा थोड़ी प्रोफाइल के इंटरफेयर ही ना कर सके और दूसरी गल ये दिखावा करन दी लोड़ की है कि अपनी टेढ़िया मेढ़िया फोटोआं ते सैल्फीज पा के की लोड़ है अपना प्रदर्शन करन दी संजम च रहना जिंदगी च जिथे संजम है और सैल्फ कंट्रोल है उत्थे समस्यावां नहीं हैगियां। तुसीं आप ही अगले नूं इनवाइट कर रहे हो कि तू आ जा तू मेनू जिदा मर्जी वरत लै सो ये अपने हाथ च है। जे असीं संजमी जीवन दिंदे आ गुरु दे भै च जीने आ नितनेमी आ और सत्संगियां दी संगत च रहण वाले आ ते असीं इहो जिहियां समस्यावां च नहीं बिकॉज मोस्ट ऑफ द प्रॉब्लम्स आर ओन इंड्यूस्ड साडियां अपनियां खरीदियां होंदियां जिंदगी च समस्यावां तो ना खरीदिए जे बाद च औखे नहीं होना तो आप ऐसा काम मूले ना कीचा जित अंत पछोता ही है आप पई ही ना उस चक्कर च जिहदे सानूं पछतावा हो। मेरे ख्याल हुण लोग थोड़े थोड़े सियाने हो रहे ने वो घटा रहे ने मैं देख रहा जिवें जिवें सियाने होई चलणगे अपनियां फोटोआं गलत तरीके दियां सिर्फ उही अपलोड करी जाणियां ते इह अपने आप दे विच होर गल आ वी बाई चांस किसी ने कोई गलत कमेंट करता है असी एवें तड़फड़ लिया के वे फटाफट जवाब देन लग जाइए कोई लोड़ नहीं होती। कई बार कहिंदे ने एक चुप सो सुख जे कोई बंदा साडे नाल ओफेंसिव हो रहा तुसी लोड़ इन्हां नूं जवाब ही ना दिओ इग्नोर करो अपने आप उहदी खत्म हो जाएगी। बड़ा मीडिया का नैगेटिव भी ने पर पॉजिटिव यह है जिवें एक सज्जन का मैसेज आया भी मोबाइल तो सहज पाठ करना भी मोबाइल से लोग गलत मैसेज भेजते ने उहदे च असी गुरु ग्रंथ साहिब है मेरे ख्याल असी इस तो हुण बहुत अगे निकल चुके हैं। एक बड़ी वधिया ऑप्शन होंदी है मोबाइल विच ब्लॉक दी जिहड़ा तुहानू गलत मैसेज भेजदा ब्लॉक कर दिओ सो सिंपल। तो दूसरी गल जिवें समर वकेशन होंदी है गर्मी दी छुट्टियां होंदियां ने उवें पढ़न वाले बच्चे की करदे ने फेसबुक वकेशन लै लैंदे ने कि मैं हुण 15 दिन फेसबुक ते नहीं आना नोटिस पाता 15 दिन लई मैं फेसबुक दी छुट्टी ते आ। ये मेरे ख्याल नाल इस तरीके नाल जे मुश्किलां टैक्नोलॉजी नाल आ रही ने तो असी ये हल भी लभ सकते हैं जी सोशल मीडिया के टिप्स तैयार टिप्स तैयार करने हाँ चाहिए देने चाहिए, देने चाहिए, देने चाहिए देने। बच्चे एक सवाल आया जी कई बार बच्चे सहनशीलता कायरता समझ लग पैंदे ने यह सहनशीलता ते कायरता का फर्क जिहड़ा है किवें दूर होवे जी पेरेंट्स समझ पेरेंट्स की सहनशीलता बच्चे समझते हैं भी जो पेरेंट्स सहनशील ने बच्चों एक्चुअली उन्होंने जो पीर ग्रुप की गल आप कर रहे थे वो ही कह रहे तेरे पापा ने कुछ कहना नहीं तो तू कोई नहीं गड्डी लै चल जी तेरे पापा ने कुछ कहना नहीं चल तू मम्मी को पैसे आने लै चल वो पीर ग्रुप जिहड़ा जी उन्हूं एक्सप्लॉयट करता उन्होंने सहनशीलता। लेकिन पेरेंट्स जिहड़े ने दोनों तरह के पेरेंट्स चंगे नहीं होंदे जिहड़े बिल्कुल ही कुछ ना कहन ते जिहड़े बिल्कुल ही जिवें डॉक्टर साहब ने कहा हर वेले सिर ते चढ़े रहन ये दोनों तरह के पेरेंट्स जिहड़े ने उन्होंने बदलना चाहिए अपने आप को बच्चों को ताड़ना करनी चाहिए है भी काका तैनू मैं सारी गल का मैं पता है तू साडी शराफत का नजायज़ फायदा ना उठा तो ठीक काम कर तैनू तेरे नालों मैनू तजर्बा ज़्यादा तेरी उम्र तो ज़्यादा मेरा तजर्बा हो गया भी तू हर गल जी है ना वो तू आनंद लै तो सीख जो तैनू चीज़ चाहिए है। एक लड़का जिहड़ा सी उह मोटरसाइकिल लैण नूं फिरदा सी उहदे दोस्तां ने कहा भी आपां चलिया करांगे मोटरसाइकिल वधिया जिहा तूं लै लै उहदे पापा नूं फिर सलाह दित्ती बहुत सारे लोकां ने भी इहदे दोस्त इहनूं चुक रहे ने उहदे पापा ने बच्चे नूं अपने वस करके ते उहनूं कार लै दित्ती उह बच्चा जिहड़ा अपने डैडी दे इन्ने वस च हो गया कहिंदा मेरे दोस्त मैनूं चक के मोटरसाइकिल कह रहे सीगे भी डैडी मेरे कमाल ने मैनूं इन्हां ने कार ही लै दित्ती है तो वह दोस्त नालों डैडी नूं ज़्यादा प्यार करन लग गया। चलो ये नहीं भी असी सारे इस तरह कर सकांगे रा वे आउट उहदे विच हुंदा है वो जे टाइम बच्चे नूं घट दईए तो बच्चा जिहड़ा कई बार पेरेंट्स की घर विच सहनशील होण करके उहनूं समझदा भी शायद कमज़ोर ने लेकिन पेरेंट्स नूं
बच्चे दे नाल डायलॉग करके हर चीज़ दसनी चाहिए दी है भी मेरे को तेरिया सारिया गल्लां दी जानकारी हुंदी है तू अपने मेरे नाल प्लानिंग करिया कर हर चीज़ जिहड़ी है डिस्कस करके आपां अगे चलिया करिए। किसानां वल्लों बहुत सारे साडे पिंडां विच लोग देख रहे ने ते बहुत ज़्यादा मैसेजिज़ उन्हां दे भी आए हुए ने ते एक सवाल आया जी किसानां वल्लों खुदकुशियां ਜਿਹੜੀਆਂ ਵੱਧ ਰਹੀਆਂ ਨੇ ਇਹਨੂੰ ਰੋਕਣ ਲਈ ਚੰਗਾ ਪਰਿਵਾਰਕ ਮਾਹੌਲ ਜਿਹੜਾ ਹੈ ਇਹ ਬੜਾ ਅਸਰ ਕਰ ਸਕਦਾ ਹੈ ਸੋ ਸਾਨੂੰ ਇਹਦੇ ਲਈ ਵੀ ਪ੍ਰੇਰਨਾ ਕਰਨੀ ਚਾਹੀਦੀ ਹੈ। ਇਹ ਬੜੇ ਦੁੱਖ ਦੀ ਗੱਲ ਹੈ ਜਦੋਂ ਰੋਜ਼ ਅਸੀਂ ਸਵੇਰੇ ਅਖਬਾਰ ਦੇਖਦੇ ਹਾਂ ਅਤੇ ਇੱਕ ਦੋ ਤਿੰਨ ਚਾਰ ਕਿਸਾਨ ਜਿਹੜੇ ਉਹਨਾਂ ਨੇ ਖੁਦਕੁਸ਼ੀ ਕੀਤੀ ਹੁੰਦੀ ਹੈ ਔਰ ਬਹੁਤ ਸਾਰੇ ਇਹਦੇ ਵਿੱਚ ਕਹਿੰਦੇ ਨੇ ਵੀ 20-25% 30% ਸੋਸ਼ਲ ਕਾਜ਼ਸ ਵੀ ਹੋ ਸਕਦੇ ਨੇ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਫਾਈਨੈਂਸ਼ੀਅਲੀ ਹੁੰਦਾ ਹੈ ਔਰ ਉਹਨਾਂ ਦਾ ਬੈਂਕਾਂ ਵੱਲੋਂ ਜਿਹੜਾ ਪ੍ਰੈਸ਼ਰ ਪੈਂਦਾ ਹੈ ਸੋਸ਼ਲ ਪ੍ਰੈਸ਼ਰ ਬਹੁਤ ਹੈ ਵਿਆਹ ਸ਼ਾਦੀਆਂ ਦਾ ਬੜਾ ਭਾਰਾ ਪ੍ਰੈਸ਼ਰ ਹੈ ਮੈਰਿਜ ਪੈਲਸ ਦੇ ਵਿੱਚ ਵਿਆਹ ਕਰਨਾ ਔਰ ਜੇ ਬਰਾਦਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਾਰ ਦਿੱਤੀ ਹੋਈ ਹੈ ਅਤੇ ਉਹ ਕਾਰ ਦੇਣ ਦਾ ਪ੍ਰੈਸ਼ਰ ਵਿੱਚ ਪੈਂਦਾ ਔਰ ਮੁੰਦਰੀਆਂ ਜਿਹੜੀਆਂ ਨੇ ਕਈ ਵਾਰੀ ਮਿਲਣੀ ਵੇਲੇ ਉਹ ਕਹਿ ਦਿੰਦੇ ਨੇ ਵੀ 8 ਮੁੰਦਰੀਆਂ ਜਾਂ 10 ਮੁੰਦਰੀਆਂ ਜਿਹੜੀਆਂ ਨੇ ਉਹ ਸਾਡੇ ਚਾਹੀਦੀਆਂ ਨੇ ਇਹ ਸਾਰੇ ਪ੍ਰੈਸ਼ਰ ਜਿਹੜੇ ਨੇ ਇਹਨਾਂ ਦੇ ਕਰਕੇ ਉੱਧਰੋਂ ਫਸਲ ਜਿਹੜੀ ਹੈ ਉਹ ਪੂਰਾ ਤੁਹਾਡਾ ਪੈਸਾ ਪੂਰਾ ਨਹੀਂ ਕਰ ਰਹੀ ਖਰਚੇ ਪੂਰੇ ਨਹੀਂ ਕਰ ਰਹੀ ਇਹ ਸਾਰੀ ਸਥਿਤੀ ਤੋਂ ਆਪਾਂ ਜਾਣੂ ਹਾਂ ਇਹਦਾ ਇੱਕ ਹੱਲ ਸੰਗਤ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਇਹ ਸਮਝਦਾ ਵੀ ਜੇ ਉਹਨਾਂ ਦੇ ਬੱਚੇ ਜਿਹੜੇ ਨੇ ਜੇ ਉਹ ਹਿੰਮਤ ਕਰਨ ਨਾਲ ਘਰ ਦੇ ਵਿੱਚ ਬੈਠ ਕੇ ਇਕੱਠਾ ਖਾਣਾ ਖਾਣ ਜਾਂ ਪਾਠ ਇਕੱਠਾ ਕਰ ਲੈਣ ਅਤੇ ਆਪਣੇ ਪੇਰੈਂਟਸ ਨੂੰ ਸਮਝਾਉਣ ਬਈ ਆਪਾਂ ਲੋਕਾਚਾਰੀ ਛੱਡੀ ਹੈ ਲੋਕਾਚਾਰੀ ਜਿਹੜੀ ਹੈ ਨਾ ਜੀ ਉਹ ਛੱਡਣੀ ਪਏਗੀ ਉਹਦੇ ਵਿੱਚ ਰਿਸ਼ਤਾ ਜਿਹੜਾ ਹੈ ਉਹ ਲੜਕੀ ਲੜਕਾ ਦੋਨੋਂ ਇੱਕ ਜੇ ਆਪਣੇ ਮੁੰਡੇ ਦਾ ਵਿਆਹ ਕਰਨਾ ਅਤੇ ਲਾਲਚ ਨਾ ਕਰਨ ਜੇ ਕੁੜੀ ਦਾ ਵਿਆਹ ਕਰਨਾ ਅਤੇ ਲਾਲਚੀ ਮੁੰਡੇ ਵਾਲਿਆਂ ਨਾਲ ਵਿਆਹ ਨਾ ਕਰਨ ਕੁੜੀਆਂ ਵਿੱਚੋਂ ਹਿੰਮਤ ਕਰਦੀਆਂ ਹੁਣ ਬਰਾਤ ਵਾਪਸ ਚਲੀ ਜਾਂਦੀ ਹੈ ਮੋਟਰਸਾਈਕਲ ਮੰਗਿਆ ਸੀ ਉਹ ਕਹਿੰਦੇ ਜਾਣ ਦਿਉ ਵਾਪਸ ਇਹਨਾਂ ਨੂੰ ਕਾਰ ਮੰਗੀ ਸੀ ਕਹਿੰਦੇ ਬਰਾਤ ਵਾਪਸ ਮੋੜ ਦਿਉ ਬੜੇ ਲੋਕ ਇਨਕਲਾਬੀ ਅੱਜ ਕੱਲ੍ਹ ਹੋਏ ਨੇ ਉਹ ਬੱਚੇ ਥੋੜ੍ਹਾ ਜਿਹਾ ਘਰ ਵਿੱਚ ਬੈਠਣ ਮੈਂ ਕਹਿੰਦਾ ਵੀ ਪੰਥ ਜਿਹੜਾ ਇੰਨਾ ਤਗੜਾ ਹੋਵੇ ਔਰ ਇੰਨੇ ਅਸੀਂ ਲੱਖਾਂ ਕਰੋੜਾਂ ਰੁਪਈਏ ਲਾ ਕੇ ਵਿਆਹ ਕਰ ਰਹੇ ਹੋਈਏ ਸਾਡੇ ਕਿਸਾਨ ਜੈ ਜਵਾਨ ਅਤੇ ਜੈ ਕਿਸਾਨ ਦੋ ਤਾਂ ਆਪਣੇ ਕੋਲ ਸੀਗੇ ਪੰਜਾਬੀ ਖਾਸ ਤੌਰ 'ਤੇ ਉਹ ਵਿਚਾਰੇ ਸੁਇਸਾਈਡ ਕਰੀ ਜਾਣ 10 ਲੱਖ 15 ਲੱਖ 20 ਲੱਖ ਪਿੱਛੇ ਬੰਦਾ ਬਾਜ਼ਾਰੋਂ ਮਿਲਦਾ 10 ਲੱਖ 20 ਲੱਖ ਦਾ ਕਿਉਂ ਸੁਇਸਾਈਡ ਕਰਨ ਇੱਕ ਫੰਡ ਜਿਹੜਾ ਉਹ ਪੰਥਕ ਰੂਪ ਵਿੱਚ ਐਸਾ ਬਣ ਜੇ ਔਰ ਉਹਦੇ ਵਿੱਚ ਮੈਂ ਸੁਕਿਰਤ ਟਰੱਸਟ ਨੂੰ ਕਹਾਂਗਾ ਸਟੱਡੀ ਸਰਕਲ ਹੋਰ ਮਿਸ਼ਨਰੀ ਕਾਲਜ ਸਾਰੇ ਜਿਹੜੇ ਨੇ ਕੇਂਦਰੀ ਪੱਧਰ 'ਤੇ ਇੱਕ ਐਸਾ ਫੰਡ ਬਣ ਜਾਏ ਕਿ ਉਹਦੇ ਵਿੱਚ ਹਰ ਸਿੱਖ 10 ਰੁਪਈਏ 20 ਰੁਪਈਏ ਪਾਵੇ ਉਹਦੇ 'ਚ 500,000 ਕਰੋੜ ਰੁਪਈਆ ਇਕੱਠਾ ਹੋ ਜਾਵੇ ਕੋਈ ਵਿਚਾਰਾ ਕਿਸਾਨ ਇਸ ਤਰ੍ਹਾਂ ਸੁਇਸਾਈਡ ਨਾ ਕਰੇ ਪਰ ਨਾਲ ਨਾਲ ਸਾਨੂੰ ਵਿਆਹ ਦੇ ਖਰਚੇ ਲਾਲਚ ਅਤੇ ਬਹੁਤ ਜ਼ਿਆਦਾ ਸਾਦਗੀ ਵਾਲੇ ਸਮਾਗਮ ਅਸੀਂ ਕਰਕੇ ਬਚ ਸਕਦੇ ਹਾਂ ਬੱਚਿਆਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ ਕਿ ਜਿਹਦੇ ਨਾਂ ਦੇ ਉੱਤੇ ਕਰਜ਼ਾ ਹੈ ਉਹਦਾ ਬੋਝ ਘਟਾਉਣ ਲਈ ਉਹਦੇ ਨਾਲ ਗੱਲਬਾਤ ਕਰਨ ਸਿਆਣੇ ਸੱਜਣ ਮਿਲ ਕੇ ਸੰਤ ਸਾਡੇ ਕੋਲ ਬਹੁਤ ਨੇ ਪਿੰਡਾਂ ਦੇ ਵਿੱਚ ਡੇਰੇ ਕਿੰਨੇ ਨੇ ਦੀਵਾਨ ਲੱਗਦੇ ਨੇ 101 ਅਖੰਡ ਪਾਠ ਰੱਖਿਆ ਜਾਂਦਾ ਤੁਸੀਂ ਦੇਖੋ ਕਿੰਨਾ ਖਰਚਾ ਹੁੰਦਾ ਹਾਲਾਂਕਿ ਉਹ ਮਰਿਆਦਾ ਦੇ ਅਨੁਸਾਰ ਕਈ ਉਹਨੂੰ ਠੀਕ ਮੰਨਦੇ ਨੇ ਕੋਈ ਗਲਤ ਮੰਨਦੇ ਨੇ ਕਈ ਕਹਿੰਦੇ ਨੇ ਲੋੜ ਹੀ ਨਹੀਂ ਇੱਕ ਪਾਠ ਜਿਹੜਾ ਉਹਦੀ ਪਾਵਰ ਹੀ ਲੱਖ ਪਾਠ ਦੇ ਬਰਾਬਰ ਹੈ ਇਹ ਕੋਈ ਜਿਹੜੀ ਵੀ ਇੱਕ ਪਾਠ ਘੱਟ ਹੈ ਤਾਂ 101 ਪਾਠ ਦੀ ਪਾਵਰ ਜ਼ਿਆਦਾ ਵੱਧ ਜਾਣੀ ਹੈ ਉਹ ਖਰਚੇ ਅਸੀਂ ਕਿਉਂ ਕਰ ਰਹੇ ਹਾਂ ਅਤੇ ਕਿਸਾਨ ਵਿਚਾਰਾ ਸੁਇਸਾਈਡ ਕਰ ਰਿਹਾ ਤਾਂ ਪਰਿਵਾਰਕ ਤੌਰ 'ਤੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਦੇ ਨਾਲ ਡੈਡੀ ਮੰਮੀ ਨਾਲ ਚਾਚੇ ਤਾਏ ਸਾਰਿਆਂ ਨਾਲ ਗੱਲਬਾਤ ਕਰਨ ਔਰ ਕਿਸੇ ਬੰਦੇ ਨੂੰ ਵੀ ਸੁਇਸਾਈਡ ਕਰਨ ਤੋਂ ਹਰ ਹਾਲਤ ਵਿੱਚ ਸਾਨੂੰ ਰੋਕਣਾ ਚਾਹੀਦਾ ਉਹਦੇ ਲਈ ਪਰਿਵਾਰਕ ਆਨੰਦਮਈ ਪਰਿਵਾਰਕ ਜੀਵਨ ਵਿੱਚ ਗੁਰੂ ਸਾਹਿਬ ਦੀ ਬਾਣੀ ਪਾਠ ਕੀਰਤਨ ਇਹ ਬਹੁਤ ਸਹਾਈ ਹੋ ਸਕਦੇ ਨੇ ਇਹਦੇ 'ਚ ਮੈਂ ਇੱਕ ਸਮੁੱਚੇ ਪੰਜਾਬ ਨੂੰ ਜਿਹੜਾ ਇੱਕ ਸੰਬੋਧਨ ਕਰਨਾ ਚਾਹਾਂਗਾ ਕਿ ਇੱਕ ਪਿੱਛੇ ਜੇ ਇੱਕ ਡਾਟਾ ਮੇਰੇ ਪੜ੍ਹਨ 'ਚ ਆਇਆ ਕਿ ਜਿੰਨੇ ਵੀ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਅਗਰ ਆਪਾਂ ਉਹਨਾਂ ਦੀ ਪਰਸੈਂਟੇਜ ਕੱਢੀਏ ਤਾਂ ਉਹਨਾਂ 'ਚੋਂ ਜਿਹੜੇ ਅੰਮ੍ਰਿਤਧਾਰੀ ਔਰ ਉੱਚੇ ਸੁੱਚੇ ਜੀਵਨ ਵਾਲੇ ਸੀ ਉਹਨਾਂ ਦੇ ਸਭ ਤੋਂ ਘੱਟ ਰੇਟ ਹੈ ਸੁਈਸਾਈਡ ਦਾ ਅਤੇ ਜਿਹੜੇ ਗੁਰੂ ਵਾਲੇ ਨਹੀਂ ਨਾ ਹੈਗੇ ਨਿਗੁਰੇ ਨੇ ਉਹਨਾਂ ਦੇ ਕੋਲ ਜ਼ਿੰਦਗੀ ਦੇ ਵਿੱਚ ਜਦੋਂ ਔਖੀ ਸਮੱਸਿਆਵਾਂ ਦੀ ਕੋਈ ਸਹਾਰਾ ਨਹੀਂ ਹੁੰਦਾ ਪਕੜਨ ਨੂੰ ਤੋ ਆਪਾਂ ਜਿਹੜੀ ਗੁਰਬਾਣੀ 'ਚ ਅਸੀਂ ਤੁੱਕ ਪੜ੍ਹਦੇ ਹਾਂ ਵੀ ਜੀ ਕੀ ਬਿਰਥਾ ਹੋਏ ਸੋ ਗੁਰ ਭੈ ਅਰਦਾਸ ਕਰ ਇਹ ਸਾਈਕੈਟਰੀ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਜਿਹੜਾ ਬੰਦਾ ਆਪਣੀ ਸਮੱਸਿਆ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਅੰਦਰੋਂ ਅੰਦਰੀ ਘੁਲੀ ਜਾਂਦਾ ਉਹ ਇਹੋ ਜਿਹਾ ਇੰਟੈਂਸ ਸਟੈਪ ਚੁੱਕਦਾ ਹਮੇਸ਼ਾ ਅਤੇ ਜਿਹੜਾ ਗੁਰੂ ਵਾਲਾ ਹੈ ਜਿਹੜਾ ਰੋਜ਼ਾਨਾ ਸੰਗਤ ਨਾਲ ਜੁੜਿਆ ਹੋਇਆ ਉਹ ਆਪਣੀ ਗੱਲ ਸਤਸੰਗੀਆਂ ਨਾਲ ਕਰੇ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਅਗਰ ਸਤਸੰਗੀ ਹੈਗੇ ਨੇ ਉਹਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰ ਲੈਂਦੇ ਨੇ ਅਤੇ ਜਿਹੜੇ ਤਾਂ ਸੰਗਤ ਰੂਪੀ ਕਿਲ੍ਹੇ 'ਚ ਨੇ
ਜਿਹੜੇ ਗੁਰੂ ਵਾਲੇ ਨੇ ਕੰਪੈਰੇਟਿਵਲੀ ਉਹਨਾਂ ਦੀ ਇਸ ਸੁਸਾਈਡ ਵਾਲੀ ਨੌਬਤ ਘੱਟ ਆਉਂਦੀ ਹੈ। ਸੋ ਮੈਂ ਇਸ ਪਲੇਟਫਾਰਮ ਤੋਂ ਪੂਰੇ ਸਮਾਜ ਨੂੰ, ਪੰਜਾਬ ਨੂੰ ਇਹ ਕਰਦਾ ਕਿ ਗੁਰੂ ਵਾਲੇ ਬਣੋ, ਉੱਚਾ ਸੁੱਚਾ ਜੀਵਨ ਕਰੋ, ਅਤੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਪਣੇ ਆਪ ਹੀ ਸਾਰੇ ਭਾਈਚਾਰੇ ਦੀਆਂ ਸਮੱਸਿਆ ਹੋ ਜਾਣਗੀਆਂ। ਬਹੁਤ ਧੰਨਵਾਦ ਜੀ। ਅੱਜ ਦੀ ਪੈਨਲ ਚਰਚਾ 'ਚ ਹੋਰ ਵੀ ਬਹੁਤ ਸਾਰੇ ਸਵਾਲ ਆਏ ਹੋਏ ਹਨ, ਪਰ ਅੱਜ ਦੀ ਚਰਚਾ ਨੂੰ ਜਿਸ ਤਰ੍ਹਾਂ ਹਰ ਸਾਲ ਗਿਆਨੀ ਕੁਲਵੰਤ ਸਿੰਘ ਜੀ ਸਾਨੂੰ ਅਸੀਸ ਦਿੰਦੇ ਹਨ, ਅੱਜ ਉਹ ਕਥਾ ਰੂਪ ਵਿੱਚ ਨਹੀਂ ਬਲਕਿ ਸਵਾਲ ਜਵਾਬ ਦੇ ਰੂਪ ਦੇ ਵਿੱਚ ਅੱਜ ਇਸ ਸਾਰੇ ਪ੍ਰੋਗਰਾਮ ਨੂੰ ਸਮਅਪ ਕਰਨਗੇ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਇੱਕ ਬੜਾ ਪਿਆਰਾ ਹੋਮਵਰਕ ਦਿੱਤਾ ਗਿਆ ਸੀ ਸਾਰਿਆਂ ਨੂੰ, ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਬਹੁਤ ਸਾਰੇ ਜਿਹੜੇ ਸਾਡੇ ਕੋਲ ਫੀਡਬੈਕ ਆਏ। ਹੋਮਵਰਕ ਕੀ ਸੀ ਕਿ ਅਸੀਂ ਘਰ ਦੇ ਵਿੱਚ ਸਾਰੇ ਮੈਂਬਰਾਂ ਨੇ ਇਕੱਠੇ ਬੈਠਣਾ, ਪਹਿਲੇ ਰਾਊਂਡ ਦੇ ਵਿੱਚ ਇੱਕ ਦੂਜੇ ਦੇ ਦੋ ਦੋ ਗੁਣ ਦੱਸਣੇ ਨੇ, ਅਤੇ ਦੂਜਾ ਰਾਊਂਡ ਅਸੀਂ ਆਪਣੇ ਅਵਗੁਣ ਦੱਸਣੇ ਨੇ ਕਿ ਮੇਰੇ 'ਚ ਦੋ ਕਮੀਆਂ ਨੇ, ਮੇਰੇ ਭਰਾ 'ਚ ਇਹ ਦੋ ਗੁਣ ਨੇ, ਮੇਰੇ ਮੰਮੀ 'ਚ ਇਹ ਦੋ ਗੁਣ ਨੇ, ਮੇਰੇ ਡੈਡੀ 'ਚ ਦੋ ਗੁਣ ਨੇ, ਅਤੇ ਮੇਰੇ 'ਚ ਇਹ ਦੋ ਅਵਗੁਣ ਨੇ। ਸੋ ਜਿਹੜੇ ਅੱਜ ਦੇ ਇਸ ਹੋਮਵਰਕ ਲਈ ਜਿਨ੍ਹਾਂ ਨੇ ਸਾਨੂੰ ਭੇਜਿਆ, ਦੋ ਵਿਨਰਸ ਦੇ ਨਾਮ ਨੇ ਮੈਂ ਅਨਾਊਂਸ ਕਰਨਾ ਚਾਹਾਂਗਾ। ਪਹਿਲੇ ਨੇ ਮਲਕੀਅਤ ਕੌਰ, ਇਹਨਾਂ ਨੇ ਆਪਣਾ ਐਡਰੈਸ ਜਾਂ ਕੋਈ ਵੀ ਨਹੀਂ ਦੱਸਿਆ, ਮੈਂ ਬੇਨਤੀ ਕਰਾਂਗਾ ਜੇ ਸੁਣ ਰਹੇ ਨੇ ਤਾਂ ਭੇਜਣ ਸਾਨੂੰ। ਇਹਨਾਂ ਅਸੀਂ ਪੁੱਛਿਆ ਸੀ ਵੀ ਇਸ ਤੋਂ ਬਾਅਦ ਤੁਹਾਨੂੰ ਅਨੁਭਵ ਕੀ ਹੋਇਆ, ਅਤੇ ਇਹਨਾਂ ਨੇ ਲਿਖਿਆ ਕਿ ਆਪਣੇ ਦੋ ਅਵਗੁਣ ਲੱਭ ਕੇ ਮੇਰਾ ਮਨ ਬੜਾ ਸ਼ਾਂਤ ਹੋ ਗਿਆ, ਪਰ ਹੁਣ ਗਿਣਦੇ ਗਿਣਦੇ ਮੇਰੇ ਅਵਗੁਣ ਪੰਜ ਹੋ ਗਏ ਨੇ। ਅਸੀਂ ਆਮ ਤੌਰ 'ਤੇ ਦੂਜਿਆਂ ਦੇ ਅਵਗੁਣ ਦੀ ਯਾਤਰਾ ਕਰਦੇ ਹੁੰਦੇ ਸੀ ਲੱਭਣ ਦੀ, ਹੁਣ ਆਪਣੀ ਜਦੋਂ ਕੀਤੀ ਹੈ ਤਾਂ ਹੁਣ ਆਪਣੇ ਫਰੋਲੀ ਜਾ ਰਹੇ ਹਾਂ, ਮੇਰੇ 'ਚ ਇਹ ਵੀ ਕਮੀ ਹੈ, ਮੇਰੇ 'ਚ ਇਹ ਵੀ ਕਮੀ ਹੈ। ਅਤੇ ਸਮਰਨ ਲਈ ਪਹਿਲੀ ਸਟੈਪ ਹੁੰਦੀ ਹੈ ਵੀ ਪਤਾ ਲੱਗ ਜਾਏ ਮੇਰੇ 'ਚ ਇਹ ਕਮੀ ਹੈ। ਸੋ ਵਧਾਈਆਂ ਜੀ ਇਹਨਾਂ ਨੂੰ। ਸੰਗਤ ਨੂੰ ਇੱਕ ਦਾਦੇ ਜੀ ਦੀ ਗੱਲ ਜਿਹੜੀ ਹੈ ਨਾ, ਸਾਡੇ ਸਟੂਡੈਂਟ ਸੀ ਜੀ ਇੱਕ, ਉਹਦੀ ਕਾਪੀ ਦੇ ਉੱਤੇ ਲਿਖਿਆ ਹੋਇਆ ਸੀ, ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਵੀ ਉਹ ਆਪਣੇ ਬੱਚਿਆਂ ਤੱਕ ਗੱਲ ਪਹੁੰਚਾਉਣ। ਉਹਨੇ ਕਾਪੀ ਖੋਲ੍ਹੀ ਅਤੇ ਉੱਥੇ ਲਿਖਿਆ ਹੋਇਆ ਸੀਗਾ, ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਦੇਖਿਆ, ਟੀਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਮੈਂ ਕਿਹਾ ਬੱਚੇ ਤੈਨੂੰ ਕਿਹਨੇ ਲਿਖ ਕੇ ਦਿੱਤਾ? ਕਹਿੰਦਾ ਮੇਰੇ ਦਾਦਾ ਜੀ ਨੇ ਨਾ ਮੈਨੂੰ ਲਿਖਵਾਇਆ ਵੀ ਬੱਚੇ ਤੂੰ ਨਾ ਇਹ ਸ਼ਬਦ ਯਾਦ ਕਰ ਲੈ, ਇਹਨੂੰ ਪੜ੍ਹਿਆ ਕਰ ਹਰ ਵੇਲੇ ਹਰ ਵੇਲੇ, ਫਿਰ ਨਾ ਤੇਰੇ ਖੁਸ਼ਹਾਲੀ ਵੀ ਰਹੇਗੀ ਤੇਰੀ, ਅਤੇ ਜਦੋਂ ਤੂੰ ਪੇਪਰ ਵਿੱਚ ਬੈਠੇਗਾ ਤਾਂ ਤੇਰਾ ਮੈਟਰ ਜਿਹੜਾ ਨਾ ਲਿਖਣ ਲਈ ਇੱਕਦਮ ਆਏਗਾ। ਟੀਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ, ਕਹਿੰਦਾ ਤੈਨੂੰ ਅਖੁੱਟ ਸ਼ਬਦ ਆਏਗਾ, ਮੈਟਰ ਜਿਹੜਾ ਲਿਖਣ ਲਈ ਨਾ ਤੈਨੂੰ ਬੇਹਿਸਾਬ ਆਈ ਜਾਏਗਾ, ਯਾਦ ਆਈ ਜਾਏਗਾ। ਖਾਹੇ ਖਰਚ ਧੰਨਵਾਲ, ਅਤੇ ਤੂੰ ਖੁਸ਼ਹਾਲ ਹੋ ਕੇ ਚੰਗੀ ਨੌਕਰੀ 'ਤੇ ਲੱਗੇਗਾ, ਚੰਗਾ ਕਾਰੋਬਾਰ ਤੇਰਾ ਹੋਏਗਾ। ਤੋ ਇਹ ਸਾਰੀ ਸੰਗਤ ਨਾਲ ਜ਼ਰੂਰ ਯਾਦ ਕਰ ਲਓ, ਬੱਚਿਆਂ ਨੂੰ ਲਿਖਵਾਓ, ਟੀਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧੰਨ ਮਾਲ। ਗੁਰਬਾਣੀ ਦਾ ਅਖੁੱਟ ਸ਼ਬਦ ਜਿਹੜਾ ਸਾਰੀਆਂ ਬਖਸ਼ਿਸ਼ਾਂ ਇਹਦੇ ਵਿੱਚੋਂ ਨਿਕਲਦੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਧੰਨਵਾਦ ਜੀ। ਦੂਸਰੇ ਵਿਨਰ ਜਿਹੜੇ ਹਨ ਉਹ ਹਨ ਜਸਪ੍ਰੀਤ ਕੌਰ ਜੀ, ਪਾਲਮ ਵਿਹਾਰ, ਲੁਧਿਆਣੇ ਤੋਂ। ਉਹ ਲਿਖਦੇ ਨੇ ਕਿ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਜਿਵੇਂ ਮਾਂ ਦੀ ਗੋਦ ਵਿੱਚ ਆ ਕੇ ਬੱਚੇ ਨੂੰ ਸਕੂਨ ਮਿਲਦਾ ਹੈ। ਮੈਂ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰਦੀ ਸੀ, ਪਰ ਅੱਜ ਮੈਂ ਆਪਣੀਆਂ ਗਲਤੀਆਂ ਕੱਢੀਆਂ ਅਤੇ ਦੂਜਿਆਂ ਦੇ ਗੁਣ ਲੱਭੇ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਵਿੱਚ ਸਫਲ ਹੋ ਜਾਵਾਂਗੀ। ਸੋ ਇਹ ਅਨੁਭਵ ਦੀ ਯਾਤਰਾ ਹੈ, ਜੇ ਅਸੀਂ ਦੂਜਿਆਂ ਦੇ ਗੁਣ ਲੱਭਾਂਗੇ, ਆਪਣੇ ਅਵਗੁਣ ਲੱਭਾਂਗੇ, ਤਾਂ ਸਾਡੇ ਅੰਦਰ ਆਪਣੇ ਆਪ ਦੇ ਨਾਲ ਝਗੜਾ ਹੋਏਗਾ। ਗਿਆਨੀ ਜੀ ਨੇ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਮਨ ਦੇ ਨਾਲ ਝਗੜਾ ਕਰਨਾ, ਅਸੀਂ ਬਾਹਰ ਝਗੜੇ ਕਰਦੇ ਹਾਂ, ਮਨ ਨਾਲ ਝਗੜਾ ਕਰਨਾ, ਮਨ ਨੂੰ ਸਮਝਾਉਣਾ ਵੀ ਐਵੇਂ ਨਾ ਕਰ। ਜੋ ਜਨ ਲੂਝੈ ਮਨੇ ਸਿਓ ਸੇ ਸੂਰੇ ਪ੍ਰਧਾਨਾ। ਅਸਲ 'ਚ ਸੂਰੇ ਅਤੇ ਪ੍ਰਧਾਨ ਆਗੂ ਉਹ ਨੇ ਜਿਹੜੇ ਆਪਣੇ ਮਨ ਨਾਲ ਇਹ ਜੰਗ ਲੜਦੇ ਨੇ। ਸੋ ਇਹ ਦੋਨੋਂ ਜੇਤੂਆਂ ਨੂੰ ਬਹੁਤ ਬਹੁਤ ਵਧਾਈ। ਇਹਨਾਂ ਨੂੰ ਹੈਪੀ ਫੈਮਿਲੀ ਲਾਈਫ ਦਾ ਜੋ ਸੈੱਟ, 200 ਰੁਪਏ ਦਾ ਸੈੱਟ, ਅਤੇ ਨੇਕੀ ਸਾਹਿਬ ਦੀਆਂ ਪੁਸਤਕਾਂ ਇਹਨਾਂ ਨੂੰ ਡਾਕ ਰਾਹੀਂ ਭੇਜੀਆਂ ਜਾਣਗੀਆਂ। ਮੈਂ ਬੇਨਤੀ ਕਰਾਂਗਾ ਪਹਿਲੇ ਜਿਹੜੇ ਵਿਨਰ ਹਨ ਮਲਕੀਅਤ ਕੌਰ, ਇਹ ਆਪਣਾ ਐਡਰੈਸ ਵੀ ਸਾਨੂੰ ਭੇਜ ਦੇਣ। ਔਰ ਸਾਰੀ ਸੰਗਤ ਲਈ ਬੇਨਤੀ ਕਿ ਅੱਜ ਰਾਤ 12 ਵਜੇ ਤੱਕ ਜਿਨ੍ਹਾਂ ਦੇ ਵੀ ਸਾਨੂੰ ਐਡਰੈਸ SMS, ਵਟਸਐਪ ਰਾਹੀਂ, ਈਮੇਲ ਰਾਹੀਂ ਆ ਜਾਣਗੇ, ਉਹਨਾਂ ਨੂੰ ਇਹ 5 ਪੁਸਤਕਾਂ ਅਤੇ 1 CD, ਪਿਛਲੇ ਸਾਲ ਦੇ ਸਮਾਗਮ ਦੀ CD, ਔਰ ਸੁੰਦਰੀ ਨਾਵਲ ਭਾਈ ਵੀਰ ਸਿੰਘ ਜੀ, ਮਸਕੀਨ ਜੀ ਦੇ ਲੈਕਚਰ, ਭੁਪਿੰਦਰ ਸਿੰਘ ਜੀ ਦੀ ਪੁਸਤਕ, ਅਤੇ
आनंदमई जीवन पर परिवार का जो कैलेंडर तैयार किया गया है ये सारे हज केवल 200 रुपए से मिल रहे हैं। मैं बेनती करांगा इत्थे बैठी संगत भी लैके जावे। कल मैं फीडबैक मिली कहिंदे जी कल किताबों के स्टॉल ते इहो जिहा रश सी जिवें गुरुद्वारे के बाहर टोस्टां का जदों स्टॉल लग्या हुंदा ते एक दूजे के उपर अगे हो के असीं टोस्ट लैंदे आ ते उह किताबां लई इस तरह की रश सी। इह खुशी की गल है कि कौम विच पुस्तकां का चाह वध रहा है। मैनू लगता है एक है भी घर च बीमारी वध गई तां इलाज करना, एक है भी पहला ही सुचेत हो जाना। हर घर नूं चाहीदा भी हर महीने एक नवी किताब जरूर लैके आओ। 50 रुपए की 100 रुपए की 200 रुपए की इन्वेस्टमेंट घर कर दिओ ते किताब नूं अलमारी च ना रखो, किताब घर के टेबल ते रखो, बैड के साइड ते रखो, कदे चुक के इत्थे रख दो कदे उत्थे रख दो। ते एक होर बड़ा वधिया उपराला एक संस्था जो नाल सहयोग कर रही है मस्कीन फाउंडेशन, उन्होंने की किया कि जिहड़ियां किताबां अद्धे मुल ते दे रहे ने उन्हां दे विच हाईलाइट करना शुरू कर दिता, वधिया वधिया गल्लां ते हाईलाइटर फेर दिता ताकि जिहड़ा कोई काली विच भी है घट्टो घट वह गल्लां ही पढ़ लवे ते उहदा जीवन जिहड़ा है समर जाएगा। सो बहुत वधाई और सारी संगत नूं बेनती है कि इन्हां किताबां दा ते इस मौके दा असीं लाभ लईए। सो हुण मैं बेनती करांगा असीं समागम की समाप्ति वल वध रहे हां, सारी संगत इस तरह ही कोऑपरेट करे। अज 10 बजे की चिंता ना करिए, थोड़ा जिहा समां वध जाए कोई गल नहीं। और इस समागम के अंत दे उत्ते मैं एक गल कहनी चाहवांगा कि सारे संसार तो कैनेडा तो खास करके डॉक्टर मनदीप कौर जी की आडियो साढ़े को आई हुई है, होर भी वीडियोज़ आई ने, ईमेल आई है जी। ग्लासगो दे विच गुरद्वारा श्री गुरु ग्रंथ साहब है उहदे प्रधान साहब ने सरदार सुरिंदर सिंह जी, बहुत वड्डे उत्थे दे लीडिंग बिजनेसमैन ने, पता किवें दे प्रधान ने जी, आसा की वार दा कीर्तन भी करते ने जी, कथा भी करते ने जी, लंगर विच सेवा भी करते ने जी। असीं उस गुरद्वारा साहब गए किसी जगह पर जूठे भांडे पे सी, वह चुक के आप रखन लग गए जी। सतसंग जी उन्होंने 4 पेज की ईमेल लिख के भेजी है सानू, तो लिखते ने मेरे 31 साल हो गए ने मैरिज नू, ते किस तरीके दे नाल गुरबाणी की रोशनी नाल मेरा परिवार बड़ा ही वधिया हसमुख परिवार है। मैं ज़्यादा गल्लां नहीं सुना सकांगा, एक दो गल्लां मैं अंडरलाइन कीतियां ने। वो कहिंदे ने भी इक्वैलिटी, पति पत्नी बराबरता कोई ना मन्नो भी, सिर्फ कहन तक सीमित ना रहो, ते अपनी पत्नी दी किचन विच भी जरूर मदद करो। ये साढ़े नौजवानों लई पतियां लई उन्हां दा सुनेह है, इहदे नाल तुसीं बड़े नेड़ता बनाओगे, प्यार बनाओगे अपने घरां विच। दूसरा कहिंदे ने एक दूजे दी निक्कियां निक्कियां खुशियां दा ध्यान रखो। मेरी पत्नी इस गल नूं चंगा समझदी है मैं ज़्यादा करा, इस गल ते वो थोड़ा जिहा चंगा नहीं समझदी मैं ना करा। मेरा पति दा सुभाअ इह है मैं एवें करा, इस गल ते उहनां नूं मुश्किल हुंदी है मैं ना करा। जे दोवें जने एक दूजे दी चंगीआं निक्कीआं निक्कीआं खुशियां वल ध्यान करनगे ते उहनूं अपनी आदत बना लैणगे ते घरां विच सुख शांति आ जाएगी। फिर वो कहिंदे ने कि सहज पाठ जरूर परिवार एक भोग पाओ, नाल ही दूसरा रख लो। कदे उहदा भोग पाठ दा भोग तैयार है, कदे उहदा तैयार है, कदे बच्चे दा तैयार है, देखो घर विच खुशियां ही खुशियां ने। फिर कहिंदे ने जी गुरद्वारा साहब इकट्ठे जाओ, रल के सेवा भी करो, फिर एक दूसरे लई समा कड्डो, गलबात करो, और मनी मैटर्स नू पैसे नू बहुता हावी ना होण दिओ रिश्तियां दे विच। सो बहुत धन्नवाद वीर जी दा, जिन्हां नू इह चाहीदी होएगी वो साडी वैबसाइट ते भी पा दांगे, नहीं तो ईमेल राही भी असी आप सारिआं नू इह चीज़ां भेज देवांगे। एक मैं बेनती करना चाहवांगा कि ज्ञानी कुलवंत सिंह जी कथा शुरू करन उस तों पहलां मैं सिर्फ संगत दा 2 मिंट दा समा लैणा है कि संस्था लुधियाणे दे विच मिशन पैगामे शब्द गुरु नाम की जो संस्था है, असीं पिछले कुछ सालों तो रल मिल के इस सेवा कर रहे हैं कि जिस तरह अजकल का समा जिदा जो कथा ज्ञानी जी करते हैं, एक आम तौर पर कई प्रचारक होंगे ने सन, असी ये देखा कि बहुत सारे जीवन जोड़े बदल गए, इस करके असी कुछ सिंह ने मिल के उपरला किया कि इस कथा को वध तो वध इंटरनेट राही सोशल मीडिया राही वध तो वध संगत तक पहुँचाया जाए। तो असी फेसबुक से व्हाट्सएप
ਡੇਲੀ ਜਿਹੜੀਆਂ ਕਲਿਪਿੰਗਸ ਪਾਉਂਦੇ ਹਾਂ ਔਰ ਪਿੱਛੇ ਜੇ ਕੁਛ ਪੁਸਤਕਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ, ਇੱਕ ਜਾਪ ਸਾਹਿਬ ਦੀ ਕਥਾ ਗਿਆਨੀ ਜੀ ਨੇ ਤਕਰੀਬਨ 70 ਘੰਟੇ ਦੀ ਕਥਾ ਜਿਹੜੀ ਕੀਤੀ ਹੈ ਉਹ 800 ਪੇਜਿਸ ਦੀ ਬੁੱਕ ਤਿਆਰ ਹੋਈ ਹੈ, ਬਾਹਰ ਸਟਾਲ ਲੱਗਾ ਹੋਇਆ ਸੀਡੀਆਂ ਦਾ ਵੀ। ਉਹ ਕਿਤਾਬ ਦੇ ਵਿੱਚੋਂ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਸੇਧ ਲੈ ਸਕਦੇ ਹਾਂ। ਵੀਰ ਜੀ ਨੇ ਉਹਨੇ ਕਿਹਾ ਵੀ ਕਿਤਾਬਾਂ ਸਾਡੀਆਂ ਮਿੱਤਰ ਨੇ, ਅਤੇ ਇਹ ਸੰਸਥਾ ਦੇ ਬਾਰੇ ਹੁਣ ਮੈਂ ਬਹੁਤਾ ਸਮਾਂ ਨਹੀਂ ਲਾਂਗਾ। ਤੋ ਆਪਾਂ ਜੋ ਵੀ ਸੁਣਦੇ ਹਾਂ ਸਟੇਜ ਤੋਂ ਔਰ ਇਸ ਤਰ੍ਹਾਂ ਦੇ ਸੈਮੀਨਾਰ, ਇਸ ਸੰਸਥਾ ਨੇ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਇਹ ਉਪਰਾਲਾ ਸ਼ੁਰੂ ਕੀਤਾ ਸੀ ਕਿ ਸੈਮੀਨਾਰ ਕਰਨਾ, ਕਿਉਂਕਿ ਆਮ ਤੌਰ 'ਤੇ ਸਟੇਜ ਤੋਂ ਜਿਹੜਾ ਪ੍ਰਚਾਰ ਹੁੰਦਾ ਉਹ ਮੋਨੋਲੋਗ ਹੁੰਦਾ ਕਿ ਸਟੇਜ ਤੋਂ ਬੋਲ ਕੇ ਚਲੇ ਗਏ। ਆਪਾਂ ਜਿਸ ਤਰ੍ਹਾਂ ਹੁਣ ਕਰ ਰਹੇ ਹਾਂ ਵੀ ਸੰਗਤ 'ਚੋਂ ਸਵਾਲ ਆ ਰਹੇ ਨੇ ਉਹਨਾਂ ਦੇ ਜਵਾਬ, ਇਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਅਤੇ 5 ਸੈਮੀਨਾਰ ਕੁਛ ਵਿਦੇਸ਼ ਦੀ ਧਰਤੀ 'ਤੇ ਵੀ ਸੈਮੀਨਾਰ ਹੋਏ ਨੇ ਜਿਹਦੇ 'ਚ ਇੱਕ ਵਿਸ਼ੇ 'ਤੇ ਬੋਲਿਆ ਜਾਂਦਾ ਔਰ ਉਸ ਤੋਂ ਬਾਅਦ ਉਹਦੇ ਸਵਾਲ ਜਵਾਬ ਲੈ ਕੇ ਸੰਗਤ ਦੇ ਨਾਲ ਰੂਬਰੂ ਹੋਇਆ ਜਾਂਦਾ। ਸੋ ਅੱਜ ਵੀ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਕਿ ਇੱਥੇ ਪਹਿਲਾਂ ਜੋ ਆਪਣੇ ਵਿਚਾਰ ਰੱਖ ਕੇ ਅਤੇ ਸੰਗਤ ਦੇ ਜਿਹੜੇ ਸਵਾਲ ਹੋਣਾ ਸੀ ਉਹਨਾਂ ਤੱਕ ਪਹੁੰਚਦੇ ਕਰਾਂਗੇ। ਸੋ ਉਹ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਸੰਗਤ ਜ਼ਿਆਦਾ ਸੇਧ ਲੈ ਸਕਦੀ ਹੈ, ਜਿਹੜੇ ਗੁਰਬਾਣੀ ਦੇ ਗੁਣੀ ਗਿਆਨੀ ਔਰ ਜੀਵਨ ਵਾਲੇ ਜੀਵਨ ਹੁੰਦੇ ਨੇ ਉਹਨਾਂ ਤੋਂ ਆਪਾਂ ਲੈ ਸਕਦੇ ਹਾਂ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੈਨਲ ਦਾ ਧੰਨਵਾਦ ਹੈ, ਅਕਾਲ ਪੁਰਖ ਦੀ ਬੜੀ ਬਖਸ਼ਿਸ਼। ਇੱਕ ਇਹ ਸੁਨੇਹਾ ਆਇਆ ਜੀ ਕਿਸੇ ਪਿਤਾ ਦਾ ਅੰਮ੍ਰਿਤਸਰ ਤੋਂ, ਅੱਜ ਦਾ ਪ੍ਰੋਗਰਾਮ ਵੇਖ ਕੇ ਮੇਰੇ ਬੇਟੇ ਨੇ ਪਹਿਲੀ ਵਾਰੀ ਮੇਰੇ ਪੈਰੀ ਹੱਥ ਲਗਾ ਕੇ ਕਿਹਾ ਕਿ ਮੈਂ ਹੁਣ ਤੁਹਾਨੂੰ ਕਦੇ ਤੰਗ ਨਹੀਂ ਕਰਾਂਗਾ। ਵਾਹਿਗੁਰੂ। ਪਰਿਵਾਰ ਬਦਲ ਸਕਦੇ ਨੇ ਜੇ ਗੁਰਬਾਣੀ ਦੇ ਨਾਲ ਗੁਰਮਤਿ ਦੀ ਓਟ ਲੈ ਕੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹਨਾਂ ਰਿਸ਼ਤਿਆਂ ਬਾਰੇ ਗੱਲਬਾਤ ਚੱਲਦੀ ਰਹੇ। ਇੱਕ ਸਾਧ ਸੰਗਤ ਜੀ, ਸਾਰਾ ਕੁਛ ਬਹੁਤ ਚੰਗਾ ਨਹੀਂ ਹੋ ਰਿਹਾ ਜੀ, ਸਾਡੀਆਂ ਗਲਤੀਆਂ ਵੀ ਨੇ, ਸਾਡੀਆਂ ਕਮੀਆਂ ਵੀ ਨੇ, ਮੈਂ ਸੋਚਦਾ ਉਹ ਵੀ ਦੱਸਣਾ ਚਾਹੀਦਾ। ਅਤੇ ਆਪ ਇੰਨੇ ਸੁਚੇਤ ਹੋ ਕਿ ਇਹ ਮੈਸੇਜ ਆਇਆ ਕਿ ਤੁਸੀਂ 2 ਦਿਨ ਤੋਂ ਕਹਿ ਰਹੇ ਹੋ ਆਨੰਦ ਕਾਰਜ ਦਾ BMW ਇਹ ਦੱਸਿਆ ਹੀ ਨਹੀਂ ਅਤੇ ਸਮਾਗਮ ਸਮਾਪਤੀ ਵੱਲ ਆ ਗਿਆ। ਮੈਂ ਬੇਨਤੀ ਕਰਾਂਗਾ, ਇਹ ਬੜਾ ਜ਼ਿਆਦਾ ਸਮਾਂ ਹੋ ਜਾਏਗਾ ਇਹ ਦੱਸਦਿਆਂ, ਪਰ ਮੈਂ ਇਹ ਵੀ ਕਹਾਂਗਾ ਜੀ ਇਹ ਵੀ ਹੋਮਵਰਕ ਲੈ ਲਈਏ ਜੀ। ਮੈਂ BMW ਦਾ ਮਤਲਬ ਦੱਸ ਦੇਣਾ, ਇਹ BMW ਕਾਰ ਨਹੀਂ ਹੈ ਜੀ, ਇੱਥੇ ਹੈਗਾ ਜੀ B ਦਾ ਮਤਲਬ ਬੈਸਟ ਆਨੰਦ ਕਾਰਜ। ਆਪਾਂ ਕਹੀਏ ਵੀ ਬੈਸਟ ਆਨੰਦ ਕਾਰਜ ਵਿੱਚ ਕੀ ਹੁੰਦਾ, ਵੀ ਉਹਨਾਂ ਦਾ ਕਾਰਡ ਪੰਜਾਬੀ ਵਿੱਚ ਹੁੰਦਾ, ਉਹਨਾਂ ਦੀਆਂ ਰਸਮਾਂ ਘੱਟ ਤੋਂ ਘੱਟ ਹੁੰਦੀਆਂ, ਉਹਨਾਂ ਦੇ ਸਮਾਗਮ ਸਾਦੇ ਹੁੰਦੇ ਨੇ, ਸ਼ਰਾਬ ਨਹੀਂ ਹੁੰਦੀ, ਲਾਵਾਂ ਦੀ ਵਿਆਖਿਆ ਹੁੰਦੀ ਹੈ, ਬੈਸਟ ਦੇ ਗੁਣ। ਦੂਸਰਾ ਮੀਡੀਅਮ ਆਨੰਦ ਕਾਰਜ, ਵੀ ਮੀਡੀਅਮ ਆਨੰਦ, ਦੂਸਰਾ ਵੈਸੇ ਵਰਸਟ ਦੀ ਗੱਲ ਪਹਿਲਾਂ ਕਰ ਲਈਏ, ਸਭ ਤੋਂ ਭੈੜਾ ਆਨੰਦ ਕਾਰਜ ਕਿਹੜਾ, ਜਿੱਥੇ ਸ਼ਰਾਬ ਚੱਲਦੀ ਹੈ, ਜਿੱਥੇ ਨਾਚ ਗਾਣਾ ਚੱਲਦਾ, ਜਿੱਥੇ ਵੱਡਾ ਵੱਡਾ ਮਿਊਜ਼ਿਕ ਚੱਲਦਾ ਅਤੇ ਬੇਲੋੜਾ ਵਿਖਾਵਾ ਹੀ ਕੀਤੀ ਜਾਏ ਜਾਂਦਾ ਆਪਣਾ ਨਾਮ ਕਮਾਉਣ ਵਾਸਤੇ, ਕਿੰਨਾ ਅੰਨ ਧਨ ਅਸੀਂ ਬਰਬਾਦ ਕਰ ਦਿੰਦੇ ਹਾਂ। ਅਤੇ ਮੀਡੀਅਮ ਆਨੰਦ ਕਾਰਜ ਕਿਹੜਾ, ਉਹਦੇ 'ਚ ਕਿਹੜੀ ਕਿਹੜੀਆਂ ਗੱਲਾਂ ਹੋਣ। ਮੈਂ ਬੇਨਤੀ ਕਰਾਂਗਾ ਸੰਗਤ ਨੂੰ, ਸਮਾਂ ਥੋੜ੍ਹਾ ਹੋਣ ਕਰਕੇ ਮੈਂ ਖਿਮਾ ਮੰਗਦਾ ਕਿ ਇਹਦੇ 'ਤੇ ਅਸੀਂ ਚਰਚਾ ਚਾਹੁੰਦੇ ਸੀ, ਇਹ ਨਹੀਂ ਹੋ ਪਾਏਗੀ, ਪਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੀ ਰਾਏ ਭੇਜਣ ਅਤੇ ਅਸੀਂ ਵੈਬਸਾਈਟ 'ਤੇ ਔਰ ਇਹ ਪਾ ਦੇਵਾਂਗੇ, ਤਾਂ ਕਿ ਆਉਣ ਵਾਲੇ ਬੱਚੇ ਫਿਰ ਚੂਜ਼ ਕਰਨ ਕਿ ਜਦੋਂ ਮੈਂ ਆਪਣਾ ਆਨੰਦ ਕਾਰਜ ਗਾਉਣਾ ਮੇਰਾ ਆਨੰਦ ਕਾਰਜ ਬੀ ਵਾਲਾ ਹੋਣਾ ਚਾਹੀਦਾ, ਬੈਸਟ ਵਾਲਾ ਹੋਣਾ ਚਾਹੀਦਾ, ਵਰਸਟ ਵਾਲਾ ਨਹੀਂ ਹੋਣਾ ਚਾਹੀਦਾ। ਸੋ ਧੰਨਵਾਦ ਜਿਨ੍ਹਾਂ ਨੇ ਵੀ ਇਸ ਗੱਲ ਵੱਲ ਧਿਆਨ ਦਿਵਾਇਆ। ਇੱਕ ਹੋਰ ਸੰਗਤ ਵੱਲੋਂ ਗੱਲ ਆਈ ਹੈ ਕਿ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ 3 ਭੱਬਿਆਂ ਦੀ, ਸਾਡੇ ਇਤਿਹਾਸ ਦੇ ਵਿੱਚ ਗਿਆਨੀ ਜੀ ਨੇ ਵੀ ਗੱਲ ਕੀਤੀ ਸੀ ਪਹਿਲੀ ਵਾਰੀ ਵੀ, ਇਹ ਹਰ ਵਾਰੀ ਰਿਪੀਟ ਹੋਣੀ ਚਾਹੀਦੀ ਹੈ। ਸਭ ਨੂੰ ਯਾਦ ਨੇ ਜੀ 3 ਭੱਬੇ ਕਿਹੜੇ ਨੇ ਜੀ, ਗੁਰੂ ਅਮਰਦਾਸ ਜੀ ਨੇ ਕਿਹੜੇ 3 ਭੱਬੇ ਦਿੱਤੇ ਸੀਗੇ? ਪਹਿਲਾ ਭੱਬਾ ਭੁੱਲ ਜੀ, ਭੁੱਲ ਗਿਆ ਮੈਂ, ਭੁੱਲ ਗਈ, ਦੋਨਾਂ ਵਾਸਤੇ ਹੈ। ਦੂਸਰਾ ਭੱਬਾ ਜੀ ਭਾਣਾ ਜੀ, ਕਿ ਜੋ ਤੇਰਾ ਭਾਣਾ ਹੈ ਉਹ ਅਸੀਂ ਮਨ ਮਿੱਠਾ ਕਰਕੇ ਮੰਨੀਏ। ਸਾਰਾ ਕੁਝ ਸਾਡੀ ਸੋਚ ਮੁਤਾਬਕ ਨਹੀਂ ਹੁੰਦਾ, ਇਹ ਮੰਨ ਲਈਏ ਬਸ। ਵੈਸੇ ਕਮਾਲ ਦੀ ਗੱਲ ਹੈ, ਅਸੀਂ ਵਡਿਆਈ ਵਿਚਾਰ ਕਰਦੇ ਇੱਕ ਦਿਨ ਸੋਚ ਰਹੇ ਸੀ ਕਿ ਜੇ ਮਨੁੱਖ ਚੈੱਕ ਕਰੇ ਨਾ, ਜੇ ਸਪੋਜ਼ ਕਰੋ ਇੱਕ ਦਿਨ ਵਿੱਚ, ਇੱਕ ਮਹੀਨੇ ਵਿੱਚ, ਇੱਕ ਹਫ਼ਤੇ 'ਚ ਉਹ 100 ਡਿਸੀਜ਼ਨ ਲੈਂਦਾ ਨਾ, 100 ਫੈਸਲੇ ਲੈਂਦਾ, ਅਤੇ 90 ਫੈਸਲੇ 90 ਕੰਮ ਉਵੇਂ ਹੀ ਹੁੰਦੇ ਨੇ ਜਿਵੇਂ ਉਹਨੇ ਫੈਸਲੇ ਲਏ, 1, 2, 4, 5 ਕੰਮ ਐਸੇ ਹੁੰਦੇ ਨੇ ਜੋ ਉਹਦੇ ਫੈਸਲੇ ਦੇ ਮੁਤਾਬਕ ਨਹੀਂ ਹੁੰਦੇ। ਯਾਰ 90% ਤਾਂ ਤੇਰੀ ਗੱਲ ਮੰਨੀ ਜਾ ਰਹੀ ਹੈ, ਜੇ 5% 10